ਪੰਜਾਬ 'ਚ ਅੱਤਵਾਦ ਅਤੇ ਖਾੜਕੂਵਾਦ ਵੇਲੇ ਬੇਤਹਾਸ਼ਾ ਹਿੰਸਾ ਹੋਈ। ਅੱਤਵਾਦੀਆਂ ਦੇ ਅਣਮਨੁੱਖੀ ਕਾਰੇਦਾਤਾਂ ਮੀਡੀਆ ਨੇ ਸਮੇਂ-ਸਮੇਂ 'ਤੇ ਪਰਦਾਫਾਸ਼ ਕੀਤਾ, ਪਰ ਝੂਠੇ ਮੁਕਾਬਲੇ ਅਤੇ ਗੈਰ ਕਾਨੂੰਨੀ ਵਾਰਦਾਤਾਂ ਜੋ ਪੁਲਿਸ ਵੱਲੋਂ ਕੀਤੀਆਂ ਗਈਆਂ ਉਸ ਬਾਰੇ ਬਹੁਤ ਘੱਟ ਪਤਾ ਹੈ। ਫ੍ਰੀ ਮੀਡੀਆ ਇਨੀਸ਼ੀਏਟਿਵ ਯਾਨੀ FMI ਤੁਹਾਨੂੰ ਇਹਨਾਂ ਪੁਲਿਸ ਜ਼ਿਆਦਤੀਆਂ ਬਾਰੇ ਇੱਕ ਖੁਲਾਸਾ ਕਰਨ ਜਾ ਰਿਹਾ ਹੈ। ਇਹ ਖੁਲਾਸਾ ਉਸ ਪੁਲਿਸ ਅਧਿਕਾਰੀ ਦੀ ਬਿਆਨੀ ਹੈ ਜਿਸ ਨੇ ਇਹ ਸਭ ਕੁਝ ਵੇਖਿਆ ਅਤੇ ਜੋ ਇਸ ਵੇਲੇ ਦੇ ਪੰਜਾਬ ਪੁਲਿਸ ਦੇ ਮੁਖੀ ਸੁਮੇਧ ਸਿੰਘ ਸੈਣੀ ਦੇ ਚਹੇਤੇ ਰਹੇ ਨੇ। ਇਹ ਸ਼ਖਸ ਇਹ ਸਾਬਕਾ ਪੁਲਿਸ ਇੰਸਪੈਕਟਰ ਗੁਰਮੀਤ ਸਿੰਘ ਪਿੰਕੀ, ਉਸ ਦਾ ਦਾਅਵਾ ਹੈ ਕਿ ਉਸ ਨੂੰ ਉਮਰ ਕੈਦ ਨਜਾਇਜ਼ ਕੱਟਣੀ ਪਈ, ਪਰ ਉਹ ਇੱਕ ਵੱਖਰੀ ਕਹਾਣੀ ਹੈ। ਗੁਰਮੀਤ ਸਿੰਘ ਪਿੰਕੀ ਨੇ ਆਪਣੀ ਅੱਖੀ ਕੀ ਕੁਝ ਵੇਖਿਆ, ਪਿੰਕੀ ਨੇ ਕੀ ਕੁਝ ਵੇਖਿਆ ਅਤੇ ਬਿਆਨ ਕੀਤਾ, ਇਹ ਦੇਖੋ FMI ਦੀ ਪੇਸ਼ਕਸ਼ ਵਿੱਚ। ਇਹ ਅਸੀਂ ਲੜੀਵਾਰ ਪੇਸ਼ ਕਰਨ ਜਾ ਰਹੇ ਹਾਂ। ਕਈ ਸਾਲਾਂ ਤੋਂ ਪੰਜਾਬ ਪੁਲਿਸ ਦਾ ਇੰਸਪੈਕਟਰ ਗੁਰਮੀਤ ਸਿੰਘ ਪਿੰਕੀ ਇੱਕ ਲੁਧਿਆਣੇ ਦੇ ਕਤਲ ਕੇਸ ਵਿੱਚ ਉਮਰ ਕੈਦ ਭੁਗਤ ਰਿਹਾ ਸੀ। ਕੁਝ ਮਹੀਨੇ ਪਹਿਲਾਂ ਜਿਸ ਵੇਲੇ ਪਿੰਕੀ ਦੀ ਸਮੇਂ ਤੋਂ ਪਹਿਲਾਂ ਰਿਹਾਈ ਹੋਈ ਤਾਂ ਇੱਕ ਬੜਾ ਵੱਡਾ ਚਰਚਾ ਦਾ ਵਿਸ਼ਾ ਬਣਿਆ। ਜਿਸ ਵੇਲੇ ਉਸਦੀ ਸਜ਼ਾ ਦੇ ਬਾਵਜੂਦ ਉਸਨੂੰ ਪੁਲਿਸ ਵਿੱਚ ਮੁੜ ਬਹਾਲ ਕਰ ਦਿੱਤਾ ਗਿਆ ਤਾਂ ਇਸ ਨਾਲ ਬਵਾਲ ਖੜ੍ਹਾ ਹੋ ਗਿਆ। ਮਜਬੂਰਨ ਸਰਕਾਰ ਨੂੰ ਉਸ ਦੀ ਬਹਾਲੀ ਦਾ ਹੁਕਮ ਵਾਪਸ ਲੈਣਾ ਪਿਆ। ਉਹ ਵਰਦੀ ਤੋਂ ਮੁਕਤ ਸੜਕ 'ਤੇ ਆ ਗਿਆ। ਪਿੰਕੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖਟਖਟਾਇਆ। ਗੁਰਮੀਤ ਸਿੰਘ ਪਿੰਕੀ ਉਹੀ ਪੁਲਿਸ ਅਧਿਕਾਰੀ ਹੈ ਜਿਸ ਨੂੰ ਪੰਜਾਬ ਦੇ ਖੂੰਖਾਰ ਖਾੜਕੂਆਂ ਦੀ ਗ੍ਰਿਫਤਾਰੀ ਦਾ ਕਈ ਵਾਰੀ ਇਨਾਮ ਮਿਲਿਆ ਹੈ। ਇਹਨਾਂ 'ਚ ਜਗਤਾਰ ਸਿੰਘ ਹਵਾਰਾ ਅਤੇ ਦਲਜੀਤ ਸਿੰਘ ਬਿੱਟੂ ਵਰਗੇ ਨਾਮਵਰ ਖਾੜਕੂ ਸ਼ਾਮਲ ਨੇ। ਪਿੰਕੀ ਜੋ ਬਤੌਰ ਪੁਲਿਸ ਇੰਸਪੈਕਟਰ ਨੌਕਰੀ ਤੋਂ ਖਾਰਜ ਹੋਇਆ ਹੈ ਅਤੇ ਜਿਸ ਨੂੰ ਕਿਸੇ ਵੇਲੇ ਪੁਲਿਸ ਮੈਡਲ ਵੀ ਦਿੱਤਾ ਗਿਆ ਸੀ, ਉਹ ਆਪਣੇ ਮਹਿਕਮੇ ਨਾਲ ਬੇਹੱਦ ਗੁੱਸੇ ਹੈ ਕਿ ਉਸਦੇ ਕੰਮ ਦੇ ਬਾਵਜੂਦ ਉਸਦੀ ਕਿਸੇ ਸੀਨੀਅਰ ਅਧਿਕਾਰੀ ਨੇ ਬਾਂਹ ਨਹੀਂ ਫੜੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੂਜੇ ਪਾਸੇ ਬਹੁਤ ਲੋਕ ਗੁਰਮੀਤ ਸਿੰਘ ਪਿੰਕੀ ਦੇ ਖੂਨ ਦੇ ਪਿਆਸੇ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹ ਸੀਨੀਅਰ ਅਧਿਕਾਰੀਆਂ ਦਾ ਹਿੱਟਮੈਨ ਸੀ। ਮੇਰੇ ਨਾਲ ਇੰਟਰਵਿਊਜ਼ ਦੌਰਾਨ ਪਿੰਕੀ ਨੇ ਕਈ ਪੁਲਿਸ ਕਾਰਵਾਈਆਂ ਦਾ ਖੁਲਾਸਾ ਕੀਤਾ, ਕਈ ਨਜਾਇਜ਼ ਵਾਰਦਾਤਾਂ ਬਾਰੇ ਦੱਸਿਆ ਜਿਨ੍ਹਾਂ 'ਚ ਉਸਨੇ ਹਿੱਸਾ ਲਿਆ ਜਾਂ ਜਿਨ੍ਹਾਂ ਨੂੰ ਉਸਨੇ ਆਪਣੀ ਅੱਖੀਂ ਦੇਖਿਆ, ਕਿਵੇਂ ਲੋਕ ਅਗਵਾ ਕੀਤੇ ਗਏ, ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਅਤੇ ਉਹਨਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। FMI ਦੀ ਇਹ ਕੋਸ਼ਿਸ਼ ਗੁਰਮੀਤ ਸਿੰਘ ਪਿੰਕੀ ਦੀ ਵਕਾਲਤ ਕਰਨੀ ਨਹੀਂ ਹੈ। ਬਾਕੀਆਂ ਵਾਂਗ ਉਹ ਵੀ ਆਪਣੇ ਨਜਾਇਜ਼ ਕਾਰੇ ਵਾਸਤੇ ਸਜ਼ਾ ਦਾ ਮਾਫਤ ਹੈ, ਪਰ ਇਸ ਸਭ ਕੁਝ ਨਾਲ ਉਸ ਦਰਦਨਾਕ ਸਮੇਂ ਦਾ ਇੱਕ ਨਵਾਂ ਚੈਪਟਰ ਖੁੱਲ੍ਹਦਾ ਹੈ। ਪੰਜਾਬ ਪੁਲਿਸ ਇੰਸਪੈਕਟਰ ਗੁਰਮੀਤ ਸਿੰਘ ਪਿੰਕੀ ਨੂੰ ਇੱਕ ਲੁਧਿਆਣਾ ਦੇ ਨੌਜਵਾਨ ਅਵਤਾਰ ਸਿੰਘ ਗੋਲਾ ਦੇ ਕਤਲ ਵਿੱਚ ਉਮਰ ਕੈਦ ਹੋਈ ਸੀ। ਇਸ ਸਜ਼ਾ ਕਰਕੇ ਉਸ ਨੂੰ ਨੌਕਰੀ 'ਚੋਂ ਬਰਖਾਸਤ ਕਰ ਦਿੱਤਾ ਗਿਆ ਸੀ। ਬਾਅਦ ਵਿੱਚ ਉਸਦੀ ਰਿਹਾਈ ਹੋਈ ਅਤੇ ਉਸਦੀ ਨੌਕਰੀ ਵਿੱਚ ਮੁੜ ਬਹਾਲੀ ਕੀਤੀ ਗਈ। ਰੌਲਾ ਪੈਣ 'ਤੇ ਉਸਦੀ ਬਹਾਲੀ ਦੇ ਹੁਕਮ ਵਾਪਸ ਲੈ ਲਏ ਗਏ। ਪਰ ਉਸਦੀ ਬਹਾਲੀ ਹੋਈ ਕਿਵੇਂ ਸੀ? ਗੁਰਮੀਤ ਸਿੰਘ ਪਿੰਕੀ ਨੇ ਦੱਸਿਆ ਕਿ ਉਸਨੇ ਆਪਣੀ ਬਹਾਲੀ ਵਾਸਤੇ 50 ਲੱਖ ਰੁਪਈਆ ਦਿੱਤਾ ਸੀ। ਜੀ ਹਾਂ, ਪਿੰਕੀ ਨੇ ਆਪਣੀ ਪੰਜਾਬ ਪੁਲਿਸ ਵਿੱਚ ਮੁੜ ਬਹਾਲੀ ਵਾਸਤੇ 50 ਲੱਖ ਰੁਪਈਆ ਦਿੱਤਾ ਸੀ। ਕਿ ਤੁਹਾਨੂੰ ਜਿਹੜਾ ਬਹਾਲ ਕੀਤਾ ਵਾ ਉਹ ਇੱਕ DIG ਗੁਰਿੰਦਰ ਸਿੰਘ ਢਿੱਲੋਂ ਨੇ ਬਹਾਲ ਕੀਤਾ ਵਾ, ਔਰ ਇਹ ਕੁਝ ਲੋਕ ਕਹਿ ਰਹੇ ਆ ਵੀ ਤੁਸੀਂ ਗੁਰਿੰਦਰ ਸਿੰਘ ਢਿੱਲੋਂ ਨੂੰ ਕੁਝ ਪੈਸਾ ਦਿੱਤਾ, 50 ਲੱਖ ਰੁਪਈਆ ਦਿੱਤਾ ਵਾ, ਫਿਰ ਤੁਸੀਂ ਬਹਾਲ ਹੋਏ ਜੇ? ਦੇਖੋ, ਟੋਟਲੀ ਗਲਤ ਹੈਗਾ। ਜਿਹੜਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੈਂ ਜ਼ਿੰਦਗੀ 'ਚ ਕਦੇ ਨੌਕਰੀ ਨਹੀਂ ਕੀਤੀ, ਬਸ ਇਹੋ ਜਿਹਾ ਵਧੀਆ ਅਫਸਰ ਮੈਂ ਆਪਣੀ ਲਾਈਫ 'ਚ ਨਹੀਂ ਦੇਖਿਆ, ਜਿਹਨੇ ਕਿ 2-3 ਵਾਰੀ ਲਗਾਤਾਰ ਮੈਨੂੰ ਬੁਲਾ ਕੇ ਚਾਹ ਵੀ ਪਿਆਈ, ਮੇਰੀ ਗੱਲ ਸੁਣੀ, ਔਰ ਮੈਂ ਜੋ ਕਹਿਣ ਬਰਦੁਆਰੇ ਆਪਣੇ ਬੱਚੇ ਲੈ ਕੇ ਵੜ ਸਕਦਾ ਜੀ, 1 ਪੈਸੇ ਦਾ ਵੀ ਉਹ ਬਦਾਰਾ ਬਾਦਾਰਾ ਹੋਏ, ਜਿਹਨੇ ਪੈਸੇ ਲਏ ਨੇ ਉਹਦੀ ਤਾਂ ਗੱਲ ਨਹੀਂ ਸੁਣਦੇ। ਸੋ ਤੁਸੀਂ ਆਪਣੀ ਬਹਾਲੀ ਵਾਸਤੇ ਕਿਸੇ ਬੰਦੇ ਨੂੰ ਪੈਸੇ ਦਿੱਤੇ, ਉਹ ਕੌਣ ਹੈ ਬੰਦਾ? ਦੇਖੋ, ਉਸ ਬੰਦੇ ਨੂੰ ਸਾਰੀ ਦੁਨੀਆ ਜਾਣਦੀ ਹੈ, ਸਾਰਾ DG ਆਫਿਸ ਜਾਣਦਾ, ਕੋਈ ਉਹਨੂੰ ਭੁੱਲਿਆ ਨਹੀਂ ਹੋਇਆ। ਮੇਰੇ ਤੋਂ ਕੀ, 1 ਕਰੋੜ ਰੁਪਏ ਲੋਕਾਂ ਤੋਂ ਲੁੱਟੇ ਗਏ ਨੇ, ਜਿਹੜੇ 1-to-1 ਸਾਹਮਣੇ ਆਉਣਗੇ, ਸਾਹਮਣੇ ਆ ਕੇ ਸਾਰਾ ਕੁਝ ਦੱਸਣਗੇ ਆਪਾਂ। ਸੋ ਤੁਸੀਂ ਵੀ ਦਿੱਤਾ ਕੋਈ ਪੈਸਾ? ਮੈਂ ਵੀ ਦਿੱਤੇ ਜੀ। ਕਿੰਨੇ ਪੈਸੇ ਦਿੱਤੇ? ਮੈਂ 50 ਲੱਖ ਰੁਪਏ ਦਿੱਤਾ। ਸੋ 50 ਲੱਖ ਕਿਹਨੂੰ ਦਿੱਤਾ ਤੁਸੀਂ? ਮੈਂ ਜਿਹੜਾ ਤੁਹਾਨੂੰ ਦੱਸਿਆ ਐਫੀਡੇਵਿਟ ਦੀ ਕਾਪੀ ਮੈਂ ਤੁਹਾਨੂੰ ਪੇਸ਼ ਕਰ ਰਿਹਾ, ਉਹਦਾ ਹੈਂਡ ਰਿਟਨ ਐਫੀਡੇਵਿਟ ਮੇਰੇ ਕੋਲ ਹੈ।
ਪਿੰਕੀ ਨੇ FMI ਨੂੰ ਦੱਸਿਆ ਕਿ ਉਸਨੇ ਪੁਲਿਸ ਵਿੱਚ ਆਪਣੀ ਮੁੜ ਬਹਾਲੀ ਵਾਸਤੇ ਪੈਸਾ ਇੱਕ ਫਾਜ਼ਿਲਕਾ ਜ਼ਿਲ੍ਹੇ ਦੇ ਅਮਨਦੀਪ ਕੁਮਾਰ ਨਾਂ ਦੇ ਇਨਸਾਨ ਨੂੰ ਦਿੱਤਾ ਸੀ। ਅਮਨਦੀਪ ਕੁਮਾਰ ਨੂੰ ਪੁਲਿਸ ਹਲਕਿਆਂ ਵਿੱਚ ਸਕੋਡਾ ਵਜੋਂ ਜਾਣਿਆ ਜਾਂਦਾ ਹੈ। ਉਸ ਦੀ ਬਹੁਤ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਜਾਣਕਾਰੀ, ਕੋਈ ਲੁਕੀ ਛੁਪੀ ਗੱਲ ਨਹੀਂ ਹੈ। ਪਿੰਕੀ ਦਾ ਕਹਿਣਾ ਹੈ ਕਿ ਉਸਨੇ ਸਕੋਡਾ ਨੂੰ ਪੈਸੇ ਲੈ ਕੇ ਕਈ ਸੀਨੀਅਰ ਅਧਿਕਾਰੀਆਂ ਦੇ ਘਰ ਜਾਂਦੇ ਦੇਖਿਆ। ਪਿੰਕੀ ਦਾ ਕਹਿਣਾ ਹੈ ਕਿ ਉਸਨੇ ਇਹ 50 ਲੱਖ ਰੁਪਈਆ ਦੋ ਹਿੱਸਿਆਂ ਵਿੱਚ ਦਿੱਤਾ। ਇਸ ਵਿੱਚੋਂ 30 ਲੱਖ ਦਾ ਉਸ ਕੋਲ ਹਲਫੀਆ ਬਿਆਨ ਯਾਨੀ ਐਫੀਡੈਵਿਟ ਵੀ ਹੈ। ਪਿੰਕੀ ਦਾ ਕਹਿਣਾ ਹੈ ਕਿ ਸਕੋਡਾ ਨੂੰ ਪੈਸੇ ਦੇਣ ਵਾਲਿਆਂ ਵਿੱਚ ਉਹ ਇਕੱਲਾ ਨਹੀਂ ਹੈ। ਉਸ ਦੀ ਮੌਜੂਦਗੀ ਵਿੱਚ ਸਕੋਡਾ ਨੇ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਪੈਸੇ ਲਏ ਅਤੇ ਇਹ ਵਾਅਦਾ ਕੀਤਾ ਕਿ ਉਹ ਉਹਨਾਂ ਨੂੰ ਚੰਗੀਆਂ ਪੋਸਟਿੰਗਸ ਦਵਾਏਗਾ। ਇਸ ਵਿੱਚ ਕਈ ਜ਼ਿਲ੍ਹਿਆਂ ਦੇ ਪੁਲਿਸ ਮੁਖੀ ਅਤੇ ਹੋਰ ਉੱਚ ਅਧਿਕਾਰੀ ਸ਼ਾਮਲ ਨੇ। ਜਿਹੜਾ ਤੁਸੀਂ ਐਫੀਡੈਵਿਟ ਮੈਨੂੰ ਦਿਖਾਇਆ ਵਾ, ਇਹਦੇ 'ਚ ਨਾਂ ਹੈਗਾ ਵਾ ਅਮਨਦੀਪ ਕੁਮਾਰ। ਇਹ ਅਮਨਦੀਪ ਕੁਮਾਰ ਜਿਹੜਾ ਇਹ ਕਮੋਜ ਹੈਗਾ, ਇਹਨੂੰ ਅਮਨ ਕਮੋਜ ਕਹਿੰਦੇ ਨੇ। ਅੱਜ ਤੋਂ ਕੁਛ 6-7 ਮਹੀਨੇ ਪਹਿਲਾਂ ਆਈ ਵਾਜ਼ ਇਨ ਜੇਲ੍ਹ। ਇਹਨੂੰ SSP ਮੁਕਤਸਰ ਕੁਲਦੀਪ ਚਹਿਲ ਨੇ ਚੱਕ ਕੇ ਇਹਦੇ 7-8 ਪਰਚੇ ਦਰਜ ਕੀਤੇ ਸੀ, ਇਹਦੀ ਕਟਾਈ ਹੋਈ ਚੰਗੀ। ਓਕੇ, ਉਸ ਤੋਂ ਬਾਅਦ ਉਹ ਪਰਚੇ ਸਾਰੇ ਕੈਂਸਲ ਹੋ ਗਏ। ਹਾਈ ਅਥੋਰਟੀਜ਼ ਵੱਡੇ ਜਿਹੜੇ ਲੀਡਰ ਮੇਨ ਨੇ, ਉਹਨਾਂ ਨੇ ਇਹਨੂੰ ਛਡਾ ਕੇ ਉੱਥੋਂ ਬਾਹਰ ਲਿਆਂਦਾ ਅਤੇ ਇਹ ਫਿਰ ਉਹੀ ਹਰਕਤਾਂ ਕਰ ਰਿਹਾ। 2-3 ਕਰੋੜ ਰੁਪਈਆ ਇਹਨੇ ਫਾਜ਼ਿਲਕਾ ਸਬ ਡਿਵੀਜ਼ਨ ਤੋਂ, ਜਿਹੜਾ ਲੋਕਾਂ ਤੋਂ ਇਹ ਹੁਣ ਪਿੰਡ ਨਹੀਂ ਵੜਦਾ, ਲਿਆ। ਸੋ ਇਸ ਕਰਕੇ ਮੈਂ ਤਾਂ ਜਿਹੜੀ ਇਹਦੀ ਠੱਗੀ 'ਚ ਫਸ ਗਿਆ ਸੋ ਫਸ ਗਿਆ। ਉਸ ਤੋਂ ਬਾਅਦ 6 ਮਹੀਨੇ ਹੋ ਗਏ, 4th ਮਹੀਨੇ ਅਪ੍ਰੈਲ ਜੇਲ੍ਹ ਨੂੰ ਮੈਨੇ ਐਫੀਡੈਵਿਟ ਲਿਖ ਕੇ ਦਿੱਤਾ। ਆਫਟਰ ਦੈਟ 20 ਲੱਖ ਰੁਪਇਆ ਫਿਰ ਲੈ ਗਿਆ ਮੇਰੇ ਤੋਂ। ਹੁਣ ਐਫੀਡੈਵਿਟ ਦੇ ਵਿੱਚ 30 ਲੱਖ ਰੁਪਈਆ ਮੈਨਸ਼ਨਡ ਆ। 30 ਲੱਖ ਰੁਪਈਆ ਇਹ ਹੈਗਾ ਜਦੋਂ ਕੰਮ ਹੋ ਗਿਆ, ਇਹਨੇ ਕੇ ਆਰਡਰ ਹੋ ਗਿਆ ਜੀ ਹੁਣ 20 ਲੱਖ ਰੁਪਈਆ ਹੋਰ ਲਿਆਓ। ਉਹ ਫਿਰ ਮੈਂ ਮੈਨੇਜ ਕੀਤਾ, ਤੁਹਾਨੂੰ ਮੈਂ ਦੱਸਿਆ ਵੀ ਕਿੱਥੋਂ ਮੈਨੇਜ ਕੀਤਾ, ਉਹ ਅਜੇ ਵੀ ਦੈਟ ਇਜ਼ ਔਨ ਰਿਕਾਰਡ। 20 ਲੱਖ ਰੁਪਇਆ ਉੱਥੋਂ ਲੈ ਕੇ ਇਹਨੂੰ ਫਿਰ ਦਿੱਤਾ। ਮੇਰੇ ਨਾਲ ਗੇਮ ਖੇਡੀ ਇਹਨਾਂ ਨੇ, ਹੋਰ ਕੁਛ ਨਹੀਂ ਕੀਤਾ। ਮੈਨੂੰ ਫਾਈਨੈਂਸ਼ਲੀ ਬਿਲਕੁਲ ਵਿਹਲਾ ਕਰਨ ਤੋਂ ਬਾਅਦ ਮੈਂ ਫਿਰ ਹਾਈਕੋਰਟ ਗਿਆ, ਵਕੀਲ ਕੀਤਾ, ਉੱਥੇ ਮੇਰਾ ਅਲੱਗ ਖਰਚਾ ਹੋਇਆ। ਇਹ ਅਮਨਦੀਪ ਕੁਮਾਰ ਜਿਹੜਾ ਵਾ, ਇਹ ਚੰਡੀਗੜ੍ਹ 'ਚ ਕਿਹੜੇ ਨਾਂ ਤੋਂ ਇਹਨੂੰ ਲੋਕ? ਸਕੋਡਾ ਦੇ ਨਾਂ ਤੋਂ ਜਾਣਦੀ ਜੀ ਸਾਰੀ ਦੁਨੀਆ, ਅਮਨਦੀਪ ਸਕੋਡਾ। ਔਰ ਇਹ ਇੱਥੇ ਇੱਕ ਪੈਸੇ ਇਕੱਠੇ ਕਰਨ ਲਈ, ਜਿਹੜੇ ਬਹੁਤ ਹਾਈ ਓਫੀਸ਼ੀਅਲ ਨੇ ਉਹਨਾਂ ਨੇ ਪੈਸੇ ਇਕੱਠੇ ਕਰਨ ਲਈ ਰੱਖਿਆ ਹਰ ਰੋਜ਼ 1,00,000 ਰੁਪਏ। ਸੋ ਅਮਨਦੀਪ ਸਕੋਡੇ ਨੇ ਤੁਹਾਨੂੰ ਕੀ ਕਿਹਾ ਸੀ ਵੀ ਮੈਂ ਕਿਹੜੇ ਲੈਵਲ 'ਤੇ ਤੁਹਾਡੀ ਬਹਾਲੀ ਕਿਵੇਂ ਕਰਾਊਂਗਾ, ਇਹ ਦੱਸਿਆ? ਇੰਸਪੈਕਟਰ ਬਹਾਲ ਕਰਾ ਕੇ ਤੁਹਾਡੀ ਮੈਂ ਪੋਸਟਿੰਗ ਕਰਾਊਂਗਾ। ਮੈਂ ਕਿਹਾ ਠੀਕ ਹੈ ਜੀ। ਅੱਜ ਤੱਕ ਟਿਲ ਟੂਡੇ ਅੱਜ ਵੀ ਮੇਰੀ ਸਵੇਰੇ ਉਹਦੇ ਨਾਲ ਗੱਲ ਹੋਈ ਹੈ, ਹੋ ਜਾਏਗਾ ਤੁਹਾਡਾ ਕੰਮ, ਹੋ ਜਾਏਗਾ। ਮੈਂ ਕਦੋਂ ਹੋ ਜਾਏਗਾ? ਮੈਂ 8% ਵਿਆਜ ਲੋਕਾਂ ਨੂੰ ਦੇ ਕੇ ਵਿਆਜ ਦੇ ਪੈਸੇ ਲਏ ਨੇ ਅਤੇ ਮੇਰਾ ਜਲੂਸ ਤੁਸੀਂ ਕੱਢ ਕੇ ਰੱਖਤਾ। ਉਲਟੀ ਇੰਟੈਲੀਜੈਂਸ ਸਾਰੀ ਮੇਰੇ ਮਗਰ ਲੱਗ ਗਈ। ਉਹ ਐਂ ਲੱਗ ਰਹੇ ਜਿਵੇਂ ਕਿ ਸਭ ਤੋਂ ਵੱਡਾ ਅੱਤਵਾਦੀ ਦੋਸ਼ੀ ਮੈਂ ਹੀ ਹਾਂ, ਹੋਰ ਇੰਟੈਲੀਜੈਂਸ ਨੂੰ ਕੋਈ ਕੰਮ ਨਹੀਂ, ਸਾਰਾ ਕੁਛ ਛੱਡ ਛੱਡਾ ਕੇ ਮੇਰੇ ਮਗਰ ਲੱਗੇ ਹੋਏ ਨੇ। ਸੋ ਜਿਹੜਾ ਤੁਸੀਂ ਉਹਨੂੰ ਪੈਸਾ ਦਿੱਤਾ ਸੀਗਾ, ਹਾਂਜੀ, ਤੁਹਾਨੂੰ ਨਹੀਂ ਲੱਗਦਾ ਵੀ ਇਹ ਤੁਹਾਨੂੰ ਪੈਸਾ ਨਹੀਂ ਸੀ ਦੇਣਾ ਚਾਹੀਦਾ, ਕਿਉਂਕਿ ਆਫਟਰਆਲ ਪੈਸਾ ਦੇ ਕੇ ਬਹਾਲੀ ਇਹ ਵੀ ਗਲਤ ਕੰਮ ਹੀ ਆ? ਮੈਂ ਪੈਸੇ ਨਹੀਂ ਸੀ ਦਿੰਦਾ, ਨਾ ਮੇਰੀ ਕੋਈ ਗੱਲ ਹੋਈ ਉਹਦੇ ਨਾਲ। ਇੱਕ ਵਿੱਚ ਸੀਨੀਅਰ ਅਫੀਸਰ ਸੀਗਾ ਜਿਹੜਾ ਮੇਰੀ ਮੈਸੇਜ ਦੇ ਕਰੇ ਮੇਰੇ ਸਾਹਮਣੇ ਜੀ, ਬਹੁਤ ਹਾਈ ਓਫੀਸ਼ੀਅਲ ਆ ਉਹ ਬੰਦਾ, ਇਹਨੂੰ ਲੈ ਕੇ ਨਾਲ ਆ ਕੇ ਪੈਸੇ ਲੈ ਕੇ ਗਿਆ। 2 ਜਨਵਰੀ ਨੂੰ ਪੈਸੇ ਦਿੱਤੇ ਨੇ, 2 ਜਨਵਰੀ ਤੋਂ ਬਾਅਦ ਇਹਨਾਂ ਦਾ ਲਾਸਟ ਜਿਹੜਾ ਸੀਗਾ ਵੀ 26 ਜਨਵਰੀ ਤੱਕ ਤੈਨੂੰ ਔਡਰ ਮਿਲ ਜਾਣਗੇ। ਔਰ ਅਪ੍ਰੈਲ ਦੇ ਵਿੱਚ ਜਾ ਕੇ ਫਿਰ ਅਸੀਂ ਰੌਲਾ ਰੱਪਾ ਪਾਇਆ ਵੀ ਮੇਰੇ ਕੋਲ ਤਾਂ ਕੋਈ ਪਰੂਫ ਹੀ ਨਹੀਂ, ਕੁਛ ਵੀ ਨਹੀਂ ਗਾ ਮੇਰੇ ਕੋਲ। ਉਹ ਇਹਦੇ ਨਾਲ ਬੈਠ ਕੇ ਅਸੀਂ ਉੱਥੇ ਇਹਦੇ ਕੋਲ ਐਫੀਡੈਵਿਟ ਲਿਖਾਇਆ, ਜੋ ਕਿ ਇਹਨੇ ਜਵਾਨ ਕੀਤੀ ਵੀ ਮੈਂ 15 ਦਿਨ 'ਚ ਜਾਂ ਤੁਹਾਡੇ ਪੈਸੇ ਦੇ ਦਾਂਗਾ ਜਾਂ ਤੁਹਾਡਾ ਕੰਮ ਹੋ ਜਾਏਗਾ। ਔਰ ਫਿਰ ਤੁਸੀਂ ਬਹਾਲ ਹੋ ਗਏ 15 ਮਈ ਨੂੰ ਬਹਾਲ ਹੋ ਗਿਆ। 18 ਨੂੰ ਜਿਹੜੀ ਹਾਜ਼ਰੀ ਪਾਉਣੀ ਸੀ, ਹਾਜ਼ਰੀ ਪਾਉਣ ਤੋਂ ਪਹਿਲਾਂ ਹੀ 17 ਨੂੰ ਇਹਨਾਂ ਨੇ ਰਿਵੋਕ ਦਾ ਆਰਡਰ ਕਰਤਾ। ਜਦੋਂ ਰਿਵੋਕ ਦਾ ਆਰਡਰ SSP ਕੋਲ ਪਹੁੰਚ ਗਿਆ ਤਾਂ 18 ਨੂੰ ਮੈਂ ਜਾ ਕੇ 8 ਨੰਬਰ ਰੈਪਟਰ ਨੇ ਹਾਜ਼ਰੀ ਪਾਈ ਹੈ। ਜਦੋਂ 17 ਤਰੀਕ ਨੂੰ ਮੇਰਾ ਰਿਵੋਕ ਦਾ ਆਰਡਰ ਹੋ ਗਿਆ ਸੀ, ਫਿਰ ਮੈਨੂੰ ਇਹਨਾਂ ਨੇ ਹਾਜ਼ਰੀ ਕਿੱਦਾਂ ਪਵਾ ਲਈ? ਇਹ ਸਭ ਚੀਟਿੰਗ ਹੋਈ ਹੈ ਮੇਰੇ ਨਾਲ। ਇਹ ਜਿਹੜੀ ਤੁਹਾਡੇ ਨਾਲ ਚੀਟਿੰਗ ਹੋਈ, ਤੁਸੀਂ ਕਹਿ ਰਹੇ ਚੀਟਿੰਗ ਹੋਈ ਆ, ਇਹ ਤੁਸੀਂ ਕਿਸੇ ਸੀਨੀਅਰ ਅਫਸਰ ਨੂੰ ਦੱਸਿਆ ਵੀ ਮੇਰੇ ਤੋਂ ਇਸ ਤਰ੍ਹਾਂ ਪੈਸੇ ਲੈ ਲਏ ਮੇਰੀ ਬਹਾਲੀ ਦੇ? ਮੈਂ ਬਿਲਕੁਲ ਦੱਸਿਆ ਜੀ ਸਾਰਿਆਂ ਨੂੰ, ਮੈਂ ਕੱਲ੍ਹ ਵੀ ਜਾ ਕੇ ਦੱਸ ਕੇ ਆਇਆ। ਕਿਹਨੂੰ ਦੱਸ ਕੇ? ਮੈਂ ਡੀਜੀ ਇੰਟੈਲੀਜੈਂਸ ਨੂੰ ਦੱਸਿਆ। ADGP ਇੰਟੈਲੀਜੈਂਸ? ਹਾਂ, ADGP ਇੰਟੈਲੀਜੈਂਸ ਨੂੰ ਜਾ ਕੇ ਪਰਸਨਲੀ ਮਿਲ ਕੇ ਦੱਸਿਆ ਤੂੰ ਕਿਉਂ ਦਿੱਤੇ ਪੈਸੇ, ਇਹ ਹੈ ਉਹ ਹੈ। ਮੈਂ ਜੀ ਦਿੱਤੇ ਤਾਂ ਫਿਰ ਹੁਣ ਧੱਕੇ ਖਾ ਰਹੇ। ਅਤੇ ਉਹਨਾਂ ਨੇ ਕਿਹਾ? ਇਕੱਲੇ ਨੇ ਨਹੀਂ ਦਿੱਤੇ, ਬਹੁਤ ਲੋਕਾਂ ਨੇ ਦਿੱਤੇ ਜਿਹਦੇ ਬਾਰੇ ਮੈਂ ਜਾਣੂ ਕਰਾਇਆ ਵੀ ਆਹ ਫਲਾਣੇ ਨੇ ਅਜੇ ਪੋਸਟਿੰਗਾਂ ਹੋਣੀਆਂ, ਜਿਹਨੇ ਪੈਸੇ ਦਿੱਤੇ ਉਹਦੇ ਸੰਬੰਧ 'ਚ। ਪੋਸਟਿੰਗਾਂ ਦੇ ਪੈਸੇ ਚੱਲ ਰਹੇ? ਹਾਂ, ਚੱਲ ਰਹੇ ਜੀ, ਬਿਲਕੁਲ ਚੱਲ ਰਹੇ। ਇਹ ਤੁਹਾਨੂੰ ਕਿਵੇਂ ਜਾਣਕਾਰੀ ਇਹਨਾਂ ਦੀ ਇਸ ਚੀਜ਼ ਦੀ? ਮੇਰੀ ਜਿਹੜੀ ਜਾਣਕਾਰੀ ਹੈ, ਹਰ ਵੇਲੇ ਤਕਰੀਬਨ ਮੈਂ ਇਹਦੋਂ ਪੈਸੇ ਲੈਣ ਲਈ ਇਹਨੂੰ ਮੈਂ 9 ਵਜੇ ਘਰੋਂ ਚੱਕ ਲੈਂਦਾ ਸੀ, ਸਵੇਰੇ ਨਾਲ ਗੱਡੀ 'ਚ ਰੱਖਦਾ ਸੀ। ਇਹਨੂੰ ਸਾਰੇ ਸੀਨੀਅਰ ਅਫਸਰਾਂ ਦੇ ਕਿਸੇ ਦਾ ਫੋਨ, ਕਿਸੇ ਨੂੰ ਇਹਨੇ ਕਹਿਣਾ ਖਮਾਣੋ ਆ ਜਾਓ, ਕਿਸੇ ਨੂੰ ਇਹਨੇ ਕਹਿਣਾ 16 'ਚ ਆ ਜਾਓ, ਕਿਸੇ ਨੂੰ ਕਹਿਣਾ 28 'ਚ ਆ ਜਾਓ,
ਉੱਥੇ ਐਡੇ ਐਡੇ ਬੈਗ ਪੈਸੇ ਲੈ ਕੇ ਗੱਡੀ 'ਚ ਰੱਖਦਾ ਸੀ। ਸੋ ਸਕੋਡਾ ਜਿਹੜਾ ਵਾ ਇਹ ਸੀਨੀਅਰ ਅਫਸਰਾਂ ਦੇ ਕਿਹੜੇ ਲੈਵਲ ਦੇ, SSP, DIG? ਬਹੁਤ ਟੋਪ ਟੋਪ ਅਫੀਸ਼ੀਅਲ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ। ਔਰ ਇਹ ਹੁਣ ਇਸ ਵੇਲੇ ਜਦੋਂ ਮੈਂ ਪੈਸਿਆਂ ਦਾ ਰੌਲਾ ਪਾਉਣਾ ਤਾਂ ਦੇ ਕਹਿਣ ਹਰਾਸਮੀ, ਉਹ ਕਹਿੰਦੇ ਅਸੀਂ ਪੈਸੇ ਨਹੀਂ ਦਿੰਦੇ, ਜੋ ਕਰਨਾ ਕਰ ਲੈਗਾ। ਉਹ ਮੇਰੇ ਖਿਲਾਫ਼ ਕੋਈ ਨਾ ਕੋਈ ਚਾਲ ਦੇ ਸੰਬੰਧੀ ਪਰਚਾ ਵੀ ਦਰਜ ਕਰਾ ਸਕਦੇ। ਮੈਨੂੰ ਕਿਸੇ ਗਿਰੀ ਹੋਈ ਹਰਕਤ ਨਾਲ ਕਿਸੇ ਅੱਤਵਾਦੀਆਂ ਦੇ ਨਾਲ ਵੀ ਸੰਬੰਧਿਤ ਦੱਸ ਸਕਦੇ। ਤੁਸੀਂ ਇੰਡੀਕੇਟ ਇਹ ਕੀਤਾ ਵੀ ਪੋਸਟਿੰਗਾਂ ਦੇ ਕੋਈ ਪੈਸੇ ਚੱਲ ਰਹੇ ਆ, ਪਰ ਇਸ ਵੇਲੇ DGP ਹੈਗੇ ਆ ਸੁਮੇਧ ਸਿੰਘ ਸੈਣੀ। ਸੁਮੇਧ ਸਿੰਘ ਸੈਣੀ ਦੇ ਤੁਸੀਂ ਵੀ ਬਹੁਤ ਨਜ਼ਦੀਕ ਰਹੇ ਜੀ ਕਿਸੇ ਵਕਤ, ਔਰ ਉਹ ਤਾਂ ਆਉਂਦੇ ਆ ਵੀ ਪੈਸੇ ਵੱਲੋਂ ਬੜੇ ਸਾਫ਼ ਦੱਸੇ ਜਾਂਦੇ ਆ। ਸੋ ਉਹਨਾਂ ਨੂੰ ਉਹਨਾਂ ਦੀ ਨੌਲੇਜ ਦੇ ਵਿੱਚ ਆ ਜਿਹੜੇ ਪੈਸੇ ਚੱਲ ਰਹੇ? ਨਹੀਂ, ਉਹਨਾਂ ਦੇ ਨਾਂ 'ਤੇ ਹੀ ਲਈ ਜਾਂਦੇ ਲੋਕ ਜੋ ਕੁਛ ਲੈ ਰਹੇ, ਨਾਂ ਤਾਂ ਉਹਦਾ ਹੀ ਯੂਜ਼ ਕਰ ਰਹੇ ਨੇ। ਜਿਹੜੇ ਬੰਦੇ ਪੈਸੇ ਲੈ ਰਹੇ ਨੇ ਉਹ ਬਾਈ ਮੈਨੂੰ ਹੋਰ ਕੀ ਕਿਹਾ ਗਿਆ? ਸੋ ਇਹ ਸਾਰਾ ਪੈਸਾ ਸੋ ਕਾਲਡ ਸਕੋਡਾ ਇਹਦੇ ਥਰੂ ਜਾ ਰਿਹਾ ਪੈਸਾ? ਦੇਖੋ ਜੀ, ਸਾਡੇ ਤੋਂ ਤਾਂ ਸਕੋਡੇ ਨੇ ਲਏ ਨੇ, ਅਸੀਂ ਤਾਂ ਇਹੀ ਗੱਲ ਕਹਿ ਸਕਦੇ। ਜਿਹੜੇ ਕੁਛ ਬੰਦਿਆਂ ਦੇ ਮੇਰੀ ਹਾਜ਼ਰੀ 'ਚ ਫੜੇ ਨੇ ਉਹ ਵੀ ਸਕੋਡੇ ਨੇ ਫੜੇ ਨੇ। ਕਿਹਦੇ ਬਿਹਾਫ 'ਤੇ ਉਹ ਫੜ ਰਿਹਾ ਇਹ ਤਾਂ ਉਹਦੀ ਚੰਗੀ, ਉਹ ਦੱਸ ਉਹਨੇ ਤਾਂ ਦੱਸਿਆ ਵੀ ਗਾਂਹ ਕਿਹਨੂੰ ਦਿੰਦਾ ਕਿਵੇਂ ਦਿੰਦਾ। ਦੇਖੋ ਉਹਦੀ ਚੰਗੀ, ਮੈਂ ਤਾਂ ਟੈਲੀਫੋਨ ਹਰ ਵੇਲੇ ਉਹਦੇ ਨਾਲ ਸੁਣਦਾ ਹੁੰਦਾ ਸੀ। ਓਕੇ, ਹੁਣ ਮੈਂ ਕਈ ਆਫੀਸਰ SSP ਜਿਹੜੇ ਇਸ ਵੇਲੇ ਸਟਿਲ ਲੱਗੇ ਹੋਏ ਨੇ ਜਿਨ੍ਹਾਂ 'ਚ, ਉਹਨਾਂ ਦੇ ਵੀ ਬੰਦੇ ਦੇਖੇ ਪੈਸੇ ਫੜਾ ਕੇ ਆਏ। ਮੈਂ ਇਕੱਲੇ ਇਕੱਲੇ ਬੰਦੇ ਦਾ ਨਾਂ ਦੱਸ ਸਕਦਾ, ਅਜੇ ਪੋਸਟਿੰਗਾਂ ਹੋਣੀਆਂ, ਔਰ ਮੈਂ ਤੁਹਾਨੂੰ ਇਹ ਵੀ ਦੱਸਦਾ ਮੈਂ ਉਹਨਾਂ ਦੀਆਂ ਪੋਸਟਿੰਗਾਂ ਕਿੱਥੇ ਹੋਣੀਆਂ ਨੇ, ਕਿੱਥੇ ਪੋਸਟਿੰਗ ਲਈ ਪੈਸੇ ਲਏ ਗਏ ਨੇ। ਸੋ ਉਹ ਜਦ ਤੱਕ ਇੰਟੈਰੋਗੇਟ ਸਕੋਡਾ ਚੰਗੀ ਤਰ੍ਹਾਂ ਨਹੀਂ ਹੁੰਦਾ। ਕੋਈ ਹੈ ਇੱਕ ਦੀ ਦੱਸੋ ਕਿ ਕਿਹੜੀ ਪੋਸਟਿੰਗ ਕਿੱਥੇ ਹੋਣੀ, ਜੇ ਹੋ ਗਈ ਵਾਕਈ ਤਾਂ ਪਤਾ ਲੱਗ ਜੂਗਾ ਵੀ ਤੁਹਾਨੂੰ ਪਤਾ ਸੀ ਇਹਦੇ ਬਾਰੇ। ਮੈਂ ਹੁਣ ਤੁਹਾਨੂੰ ਨਹੀਂ ਉਹ ਗੱਲ ਡਿਸਕਲੋਜ਼ ਕਰਨਾ ਚਾਹੁੰਦਾ, ਫਿਰ ਵੀ ਕੰਮ ਹਾਂਜੀ, ਉਹਨੇ 1 ਕਰੋੜ ਰੁਪਈਆ ਫਾਰ ਫਿਰੋਜ਼ਪੁਰ ਦਿੱਤਾ, ਥੋੜ੍ਹੇ ਆਉਣ ਵਾਲੇ ਦਿਨਾਂ 'ਚ ਦੇਖ ਲਿਓ, 70 ਲੱਖ ਰੁਪਈਆ ਦਿੱਤਾ। ਕਿੱਥੋਂ ਵਾਸਤੇ? ਉੱਥੇ ਸਟੇਅ ਕਰਨ ਲਈ, ਉਹਦੀ ਬਦਲੀ ਹੋ। ਕਿੱਥੋਂ ਵਾਸਤੇ? ਫਿਰੋਜ਼ਪੁਰ ਲਈ। ਫਿਰੋਜ਼ਪੁਰ ਲਈ? ਹਾਂ, 10 ਬੰਦੇ ਮੈਂ ਤੁਹਾਨੂੰ ਗਿਣਾ ਸਕਦਾ। ਹੁਣ ਜੇ 2 ਦੇ ਨਾਂ ਲਏ ਤਾਂ ਬਾਕੀਆਂ ਦੇ ਵੀ ਦੱਸ ਦਿਓ, ਇਹ ਵਿਚਾਰੇ 2 ਦੇ। ਚਲੋ, ਮੈਂ ਤੁਹਾਨੂੰ ਲਿਖ ਕੇ ਦੇ ਦੇਣਾ, ਤੁਸੀਂ ਰੱਖ ਲਿਓ ਆਪਣੇ ਕੋਲ, ਜਦੋਂ ਲਾਟਰੀ ਖੁੱਲ੍ਹੇਗੀ ਬਾਅਦ 'ਚ ਦੇਖ ਲਿਓ ਵੀ ਨੰਬਰ ਮਿਲਦਾ ਕਿ ਨਹੀਂ ਮਿਲਦਾ। ਸੋ ਇਹ ਪੈਸੇ ਤੁਸੀਂ ਸਕੋਡਿਆਂ ਨੂੰ ਕਿਹੜੀ ਤਰੀਕ ਨੂੰ ਦਿੱਤੇ? ਬਾਕੀ 20 ਲੱਖ 17 ਮਈ ਨੂੰ ਜੀ। 17 ਮਈ ਨੂੰ ਕਿਹੜੀ ਥਾਂ 'ਤੇ? ਇਹ ਉੱਥੇ ਜਿੱਥੇ ਇਹਦਾ ਘਰ ਸੀ, ਇਹ ਕਿਰਾਏ 'ਤੇ ਰਹਿੰਦਾ, 27 ਸੈਕਟਰ। ਅੱਛਾ, ਉਹ 27 ਸੈਕਟਰ ਜਿਨ੍ਹਾਂ ਦੇ ਘਰ 'ਚ ਕਿਰਾਏ 'ਤੇ ਰਹਿੰਦਾ ਸੀਗਾ, ਉੱਥੇ 2 ਕਮਰੇ ਅੱਜ ਵੀ ਇਹਦੇ ਕੋਲ ਇਹਨੇ ਲੌਕ ਕਰਕੇ ਰੱਖੇ ਹੋਏ ਨੇ, ਛੱਡੇ ਨਹੀਂ ਅਜੇ। ਉੱਥੇ ਮੈਂ ਗਿਆ ਸੀ ਪੈਸੇ ਲੈ ਕੇ, ਅਤੇ ਉੱਥੇ ਇਹਨੇ ਕੋਮਾ ਸ਼ੰਕਰ ਜਿਹੜਾ ਹੈਗਾ ਥਾਣੇਦਾਰ, ਉਹ DGP ਸਾਹਿਬ ਦੀ ਕੋਠੀ ਉਹਨਾਂ ਦੇ ਨਾਲ ਗਨਮੈਨ ਹੈ, ਉਹਨੂੰ ਬੁਲਾਇਆ ਵੀ ਆ ਕੇ ਪੈਸੇ ਲੈ ਜਾ। ਸਕੋਡੇ ਨੇ ਕਿਹਨੂੰ ਬੁਲਾਇਆ? ਉਮਾ ਸ਼ੰਕਰ ਨੂੰ। ਉਮਾ ਸ਼ੰਕਰ ਕੌਣ ਆ? ਉਹ 16 ਸੈਕਟਰ DGP ਸਾਹਿਬ ਦੀ ਕੋਠੀ ਉਹਨਾਂ ਦੀ ਸਿਕਿਉਰਿਟੀ 'ਚ। DGP ਉਦੋਂ ਸੁਮੇਧ ਸਿੰਘ ਸੈਣੀ? ਹਾਂਜੀ। ਓਕੇ, ਅਤੇ ਉਹ ਥੋੜ੍ਹੀ ਦੇਰ 'ਚ ਉੱਥੇ ਗੱਡੀ 'ਚ ਆ ਗਿਆ, 15-20 ਮਿੰਟ 'ਚ। ਇਹ ਫਿਰ ਮੈਂ ਤਾਂ ਉੱਪਰ ਹੀ ਬੈਠਾ ਸੀ, ਇਹਨੇ ਥੱਲੇ ਆ ਕੇ ਜਿਹੜੇ ਪੈਸੇ ਸੀਗੇ ਉਹਨੂੰ ਫੜਾਏ, ਉਹ ਲੈ ਕੇ ਉੱਥੋਂ ਚਲਾ ਗਿਆ। ਉਹ ਕਾਹਦੇ 'ਚ ਆਇਆ ਸੀ? ਉਹ ਪੈਦਲ ਆਇਆ ਸੀਗਾ? ਕਾਰ 'ਤੇ ਆਇਆ, ਮੈਂ ਉੱਪਰ ਬੈਠਾ ਸੀ ਇਹਦੇ ਘਰ 'ਚ, ਥੱਲੇ ਗੱਡੀ ਖੜ੍ਹੀ ਸੀਗੀ i20 ਚਿੱਟੇ ਰੰਗ ਦੀ, ਅਤੇ ਉਹਦੇ 'ਤੇ ਉਦੋਂ ਨੰਬਰ ਸੀਗਾ ਟੈਂਪਰੇਰੀ, ਅਤੇ ਉਮਾ ਸ਼ੰਕਰ ਦੇ ਟੈਲੀਫੋਨ 'ਤੇ 15-20 ਮਿੰਟ 'ਚ ਆ ਗਿਆ ਸੀ, ਅਤੇ ਉਹ ਉੱਥੋਂ ਆ ਕੇ ਪੈਸੇ ਲੈ ਕੇ ਗਿਆ। ਸਰ, ਤੁਹਾਨੂੰ ਸਕੋਡੇ ਨੇ ਕੀ ਕਿਹਾ ਵੀ ਇਹ ਪੈਸੇ ਕਿਹਨੂੰ ਕਿਵੇਂ ਪਹੁੰਚਣਗੇ, ਕੋਈ ਇਹਦੇ ਬਾਰੇ ਦੱਸਿਆ ਉਹਨੇ ਕੁਛ? ਨਹੀਂ, ਉਹਦੇ ਨਾਲ ਕੋਈ ਡਿਟੇਲ 'ਚ ਗੱਲ ਨਹੀਂ, ਬਸ ਉਹ ਕਹਿੰਦਾ ਜਿਹੜੀ ਮੇਰੀ ਗੱਲ ਸੀਗੀ, ਮੈਂ ਜੋ ਵਾਅਦਾ ਕੀਤਾ ਸੀ ਮੈਂ ਉਹਦੇ ਮੁਤਾਬਕ ਤੁਹਾਡਾ ਜਿਹੜੀ ਕਮਿਟਮੈਂਟ ਸੀ ਬਾਕੀ ਪੈਸੇ ਦਿਓ, ਮੈਂ ਉਹਨੂੰ ਪੈਸੇ ਬਾਕੀ 20 ਲੱਖ ਰੁਪਇਆ। ਸੋ ਤੁਹਾਡਾ ਕਹਿਣ ਦਾ ਮਤਲਬ ਹੈ ਵੀ ਜਿਹੜੇ ਬਾਕੀ 30 ਪਹਿਲਾਂ ਦਿੱਤਾ ਸੀ, 20 ਲੱਖ ਜਿਹੜੇ ਆ ਜਦੋਂ ਆਰਡਰ ਹੋ ਗਏ, ਉਸ ਤੋਂ 2 ਦਿਨ ਬਾਅਦ ਤੁਸੀਂ ਸਕੋਡੇ ਨੂੰ ਦਿੱਤੇ? 17 ਤਰੀਕ ਨੂੰ 27 ਸੈਕਟਰ ਦੇ ਘਰ। ਹਾਂਜੀ, ਔਰ ਉਹਨੇ ਫਿਰ ਉਮਾ ਸ਼ੰਕਰ ਜਿਹੜਾ ਕੋਈ ਇਟ ਮੇ ਵੀ 27 ਨਹੀਂ, ਮੇਰੇ ਖਿਆਲ 28 ਸੈਕਟਰ ਨੇ, 28 ਹੈ, 28 ਸੈਕਟਰ 28 'ਚ, ਅਤੇ ਉਹਨੂੰ ਬੁਲਾਇਆ ਉਮਾ ਸ਼ੰਕਰ ਨੂੰ, ਉਹ ਇਹਨੇ ਫੋਨ ਕੀਤਾ, ਮੈਂ ਕੋਲ ਬੈਠਾ ਸੀ, ਇਹਨੇ ਕਿਹਾ ਵੀ ਉੱਥੇ ਮੇਰੇ ਘਰ ਆ ਜਾ ਸਮਾਨ ਦੇਣਾ ਤੈਨੂੰ। ਅੱਛਾ, ਉਹ ਉੱਥੇ ਪਹੁੰਚ ਗਿਆ, ਇਹਨੇ ਫਿਰ ਉਹ ਲਿਫਾਫਾ ਜਿੱਦਾਂ ਹੀ ਸੀਗਾ ਉਹਨੂੰ ਫੜਾਤਾ, ਉਹ ਲੈ ਕੇ ਉੱਥੋਂ ਚਲਾ ਗਿਆ। ਅੱਛਾ, ਅਤੇ ਹੁਣ ਜਿਹੜੇ ਤੁਹਾਡੀ ਹੁਣ ਦੁਬਾਰਾ ਤੁਹਾਨੂੰ ਤੁਹਾਡੇ ਸਰਵਿਸਿਜ਼ ਜਿਹਨੇ ਡਿਸਮਿਸ ਕਰਤੀਆਂ ਵਾ, ਅਤੇ ਇਹ ਪੈਸਾ ਜਿਹੜਾ 50 ਲੱਖ ਦਿੱਤਾ ਸੀ ਇਹ ਵਾਪਸ ਹੋ ਗਿਆ? ਨਹੀਂ, ਮੈਂ ਉਹਨੂੰ ਰੋਜ਼ ਤਕਰੀਬਨ ਕੰਟੀਨਿਊਸ ਉਹਦੇ ਨਾਲ ਉਦੋਂ ਤੋਂ ਅੱਜ ਤੱਕ ਗੱਲ ਕਰ ਰਿਹਾ, ਉਹ ਇੱਥੋਂ 5 ਜੁਲਾਈ ਤੋਂ ਮਿਸਾ ਚੰਡੀਗੜ੍ਹ 'ਚੋਂ, 5 ਜੁਲਾਈ ਤੋਂ ਬਾਅਦ ਅੱਜ ਤੱਕ ਉਹ ਚੰਡੀਗੜ੍ਹ 'ਚ ਨਹੀਂ ਮਿਲਿਆ। ਟੈਲੀਫੋਨ ਤਾਂ ਕਿਤੇ ਚੱਲਦਾ, ਕਦੇ UP 'ਚ, ਕਦੇ ਕਿਤੇ, ਕਦੇ ਸਿਗਨਲ ਉਹ ਆਉਂਦਾ, ਉਹ ਬਸ ਵਾਰ ਵਾਰ ਕਮਿਟਮੈਂਟ ਕਰੀ ਜਾਂਦਾ, ਮੈਂ ਆ ਰਿਹਾ, ਕੱਲ੍ਹ ਆ ਰਿਹਾ, ਪਰਸੋਂ ਆ ਰਿਹਾ, ਪਰ ਆ ਨਹੀਂ ਰਿਹਾ, ਸਾਡੇ ਮੱਥੇ ਅੱਜ ਤੱਕ ਨਹੀਂ ਲੱਗਿਆ। ਸੋ ਇਹ ਜਿਹੜਾ ਉਮਰ, ਇਹ ਸੋ ਕੰਡਿਊਟ ਇਹ ਸੀਗਾ ਵੀ ਤੁਸੀਂ ਜਾਂ ਬਾਕੀ ਅਫਸਰ ਜਿਹੜੇ ਸਕੋਡੇ ਨੂੰ ਪੈਸੇ ਦਿੰਦੇ, ਸਕੋਡਾ ਜਿਹੜਾ ਵਾ ਉਹ ਅੱਗੇ ਫਿਰ ਉਮਾ ਸ਼ੰਕਰ ਨੂੰ ਦਿੰਦਾ ਸੀ, ਹਰ ਕੇਸ 'ਚ ਇੱਦਾਂ ਹੀ ਹੁੰਦਾ ਸੀ?
ਮੈਂ ਜੋ ਪੋਸੀਬਲ ਹੈਗਾ ਮੇਰੇ ਸਾਹਮਣੇ ਉਮਾ ਸ਼ੰਕਰ ਮੋਸਟ ਪ੍ਰੋਬਲੀ ਇਹਦੇ ਘਰ ਮੈਨੂੰ ਦਿਖਦਾ ਰਿਹਾ ਉੱਥੇ। ਅਤੇ ਜਦੋਂ ਪੈਸੇ ਦਿੰਦੇ ਸੀ ਕੋਈ ਗਿਣਤੀ ਮਿਣਤੀ ਹੁੰਦੀ ਸੀ ਉਹਨਾਂ ਦੀ ਕਿ ਟੈਚੀ ਦੇ ਟੈਚੀ ਜਾਂਦੇ ਸੀ? ਉੱਦਾਂ ਹੀ ਫੜਾ ਤੇ ਉਹਨੇ ਲੈ ਕੇ ਉੱਦਾਂ ਹੀ ਚੱਲ ਜਾਣਾ। ਅਤੇ ਉਮਾ ਸ਼ੰਕਰ ਦੀ ਪੋਸਟਿੰਗ ਕਿੱਥੇ ਹੈ? ਉਹ ਮੇਰੇ ਖਿਆਲ ਨਾਲ ਸਿਕਿਉਰਿਟੀ 'ਚ ਆ ਉੱਥੇ, ਡੀ ਜੀ ਸਾਹਿਬ ਦੀ। ਡੀ ਜੀ ਦੀ ਸਿਕਿਉਰਿਟੀ 'ਚ ਆ? ਸਿਕਿਉਰਿਟੀ 'ਚ, ਹਾਂਜੀ। ਸੁਮੇਧ ਸਿੰਘ ਸੈਣੀ ਦੀ 16 ਸੈਕਟਰ ਦੇ ਘਰ ਦੀ ਸਿਕਿਉਰਿਟੀ 'ਚ ਆ? ਸਿਕਿਉਰਿਟੀ 'ਚ, ਹਾਂਜੀ। ਸੋ ਇਹ ਹੋ ਸਕਦਾ ਵਾ ਵੀ ਉਹ ਅੱਗੇ ਨਾ ਹੀ ਦਿੰਦਾ ਹੋਵੇ, ਪੈਸੇ ਆਪ ਹੀ ਮਰ ਜਾਂਦਾ ਹੋਵੇ? ਦੇਖੋ ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ ਕਿਉਂਕਿ ਮੈਂ ਉਹਦੇ ਨਾਲ ਕਦੇ ਕੋਠੀ ਅੰਦਰ ਗਿਆ ਨਹੀਂ। ਇਹ ਅਮਨਦੀਪ ਸਕੋਡਾ ਜੋ ਪੁਲਿਸ ਬਦਲੀਆਂ ਕਰਵਾਉਣ ਦੇ ਪੈਸੇ ਲੈਂਦਾ ਹੈ, ਇਹ ਫਾਜ਼ਿਲਕਾ ਦਾ ਰਹਿਣ ਵਾਲਾ ਹੈ, ਜਿੱਥੇ ਉਸ ਖਿਲਾਫ਼ 16 ਜੁਲਾਈ ਇਸ ਸਾਲ ਦੀ 16 ਜੁਲਾਈ ਨੂੰ ਇੱਕ ਔਰਤ ਦੀ ਸ਼ਿਕਾਇਤ ਉੱਪਰ FIR ਵੀ ਦਰਜ ਹੈ। ਇਸ FIR ਵਿੱਚ ਇਹ ਲਿਖਿਆ ਹੈ ਕਿ ਉਹ ਲੋਕਾਂ ਨੂੰ ਪੰਜਾਬ ਪੁਲਿਸ ਦੇ ਮੁਖੀ ਅਤੇ ਮੁੱਖ ਮੰਤਰੀ ਦੇ ਨਜ਼ਦੀਕੀ ਹੋਣ ਦਾ ਦਾਅਵਾ ਕਰਕੇ ਪੈਸੇ ਲੈਂਦਾ ਹੈ। ਸਕੋਡਾ ਅੱਜ ਕੱਲ੍ਹ ਲਾਪਤਾ ਹੈ, ਪਰ ਪੁਲਿਸ ਉਸਨੂੰ ਫੜਨ ਦੀ ਕੋਸ਼ਿਸ਼ ਕਿਉਂ ਨਹੀਂ ਕਰ ਰਹੀ? ਕੀ ਇਹ FIR ਮੈਜ਼ ਇੱਕ ਡਰਾਮਾ ਹੈ? ਸਾਬਕਾ ਇੰਸਪੈਕਟਰ ਪਿੰਕੀ ਨੇ ਫ੍ਰੀ ਮੀਡੀਆ ਇਨੀਸ਼ੀਏਟਿਵ ਨੂੰ ਦੱਸਿਆ ਕਿ ਉਸਨੂੰ ਆਪਣੀ ਜਾਨ ਦਾ ਖਤਰਾ ਹੈ ਕਿਉਂਕਿ ਉਸਨੂੰ ਬਹੁਤ ਕੁਝ ਪਤਾ ਹੈ ਅਤੇ ਉਹ ਸੱਤਾ 'ਤੇ ਕਾਬਜ਼ ਲੋਕ, ਜਿਸ ਵਿੱਚ ਪੰਜਾਬ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਵੀ ਸ਼ਾਮਲ ਨੇ, ਉਹਨਾਂ ਖਿਲਾਫ਼ ਬੋਲਣ ਦੀ ਜ਼ਰੂਰਤ ਕਰ ਰਿਹਾ ਹੈ। ਸੋ ਹੁਣ ਇਹਨਾਂ ਗੱਲਾਂ ਕਰਕੇ ਇਹ ਮੈਨੂੰ ਕਿਸੇ ਨਾ ਕਿਸੇ ਕੇਸ 'ਚ ਫਸਾਉਣਾ ਚਾਹੁੰਦੇ ਨੇ, ਜੋ ਕਿ ਮੈਂ ਅੱਜ ਤੋਂ ਤਕਰੀਬਨ ਮਹੀਨਾ ਡੇਢ ਮਹੀਨਾ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ। ਉਹ ਆਪਣੀ ਮੇਰੇ ਖਿਆਲ 6 ਤਰੀਕ ਨੂੰ ਹੋਈ ਸੀਗੀ, 6 ਤਰੀਕ ਨੂੰ ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਦੇ ਆਰ ਟਰਾਇੰਗ ਇਟ, ਇਹਨੂੰ ਕਿਤੇ ਨਾ ਕਿਤੇ ਕਿਸੇ ਫੀਮ 'ਚ ਕਿਸੇ ਹੋਰ ਮਾਮਲੇ 'ਚ ਫੜ ਕੇ। ਮੈਂ ਆਪਣੇ ਹੱਥੀਂ ਸਭ ਕੁਝ ਕਰਦਾ ਰਿਹਾ ਔਰ ਮੈਨੂੰ ਪਤਾ ਕਿ ਇਹਨੂੰ ਕਿੱਦਾਂ ਫੜਿਆ ਜਾ ਸਕਦਾ। ਇਹ ਪੁਲਿਸ ਆਮ ਕਰਦੀ ਸੀਗੀ ਸਭ ਕੁਛ, ਵੀ ਝੂਠਾ ਕੇਸ ਪਾ ਦੇਣਾ, ਫੀਮ ਪਾ ਦੇਣੀ ਕਿਸੇ ਦੇ ਹਥਿਆਰ ਪਾ ਦੇਣਾ, ਕਿੱਧਰੋਂ ਲਿਆਉਣਾ, ਕਿਤੋਂ ਫਿੱਟ ਕਿਤੇ ਕਰਨਾ, ਪਰਚਾ ਕਿਸੇ ਤੀਜੇ ਸੱਚੋ ਤੋਂ ਦਵਾ ਦੇਣਾ, ਬੰਦਾ ਦੱਸ ਦਿੰਦਾ CIA ਬੈਠਾ, ਚੱਕ ਕੇ ਉਹਨੂੰ ਡੇਲੋ ਭੇਜਦਾ ਵੀ ਚੱਲ ਦਰਸ਼ਨ ਸਿੰਘ ਡੇਲੋ ਦੇ ਦੇ ਪਰਚਾ ਇਹਦੇ 'ਤੇ। ਪਰ ਗੁਰਮੀਤ ਸਿੰਘ ਇਹ ਤੁਸੀਂ ਨਹੀਂ ਕਰਦੇ ਰਹੇ ਜੇ? ਮੈਂ ਤਾਂ ਐਸੋਸੀਏਸ਼ਨ ਪਰ ਇਹੀ ਬਹੁਤ ਘੱਟ ਕੀਤੀ ਨਹੀਂ ਜੀ ਐਸੋਸੀਏਸ਼ਨ। ਮੈਂ ਜਿੰਨੀ ਦੇਰ ਰਿਹਾ CIA ਰਿਹਾ, CIA ਇੰਚਾਰਜ ਮੈਂ ਲੱਗਿਆ 1994 'ਚ, ਉਸ ਤੋਂ ਪਹਿਲਾਂ ਮੈਂ ਛੁੱਟੀਆਂ ਮੱਦਾਂ 'ਤੇ ਰਿਹਾ। ਇਹ ਦੱਸੋ ਮੈਨੂੰ, ਸਾਰੇ ਸੀਨੀਅਰ ਅਫਸਰ ਤੁਹਾਡੇ ਲੋਕਾਂ ਤੋਂ ਇਹ ਕੁਝ ਕਰਵਾਉਂਦੇ ਰਹੇ ਆ, ਲੋਕ ਬੋਲਦੇ ਕਿਉਂ ਨਹੀਂ ਕਿ ਕਿਉਂ ਗਲਤ ਕੰਮ ਕਰਨ ਨੂੰ ਤਿਆਰ ਹੋ ਜਾਂਦੇ? ਤੁਸੀਂ ਵੀ ਹੁਣ ਮੈਨੂੰ ਕਿਹਾ ਵੀ ਤੁਸੀਂ ਬੰਦੇ ਮਾਰੇ ਜੀ, ਜੇ ਉਹ ਮੇਰੀ ਇੱਕ ਗੱਲ ਸੁਣੋ, ਇਹ ਗੋਲਾ ਮੈਂ ਮਾਰਿਆ ਜਾਂ ਨਹੀਂ ਮਾਰਿਆ ਇਹ ਤਾਂ ਰੱਬ ਜਾਣਦਾ, ਮੇਰੇ ਉੱਪਰ ਪਰਚਾ ਹੋਇਆ ਨਾ ਜੀ। ਕੀ ਇਹ ਜਿਹੜੇ 3 ਬੰਦੇ ਲੁਧਿਆਣੇ 'ਚ ਮਰੇ, ਇਹ SSP ਨੂੰ ਨਹੀਂ ਪਤਾ ਜਾਂ DIG ਨੂੰ ਨਹੀਂ ਪਤਾ ਜਾਂ SPD ਨੂੰ ਕਿਹਨੂੰ ਨਹੀਂ ਸੀ ਪਤਾ? ਠੀਕ ਹੈ ਨਾ, ਉਹ ਫੜ ਕੇ ਕਵਰਜੀਤ 'ਤੇ ਪਰਚਾ ਦੇ ਦਿੰਦੇ ਵੀ ਤੂੰ 3 ਬੰਦੇ ਮਾਰਤੇ ਭਾਈ। ਕਿਸੇ ਨੇ ਅੱਜ ਤੱਕ ਹਾਈਕੋਰਟ ਦਾ ਜੱਜ ਤੱਕ ਆਇਆ ਉਹਨੂੰ ਵੀ ਬੇਵਕੂਫ ਬਣਾਤਾ? ਕਿਸੇ ਨੇ ਇਹ ਗੱਲ ਪੁੱਛੀ ਅੱਜ ਤੱਕ? ਸੋ ਇਹ ਹੁਣ ਵੀ ਜੋ ਕੁਛ ਮੈਂ ਤੁਹਾਨੂੰ 1.5 ਮਹੀਨੇ ਤੋਂ ਪਿਛਲੇ ਤੋਂ ਕਹਿ ਰਿਹਾ ਕਿ ਇਹ ਮੈਨੂੰ ਕਿਸੇ ਨਾ ਕਿਤੇ ਫਸਾਉਣ ਨੂੰ ਫਿਰਦੇ ਨੇ, ਦੇ ਆਰ ਪਲੈਨਿੰਗ ਇਟ। ਇਹਨਾਂ ਨੇ ਹੁਣ 2-3 ਨਵੇਂ SSP ਆਪਣੇ ਕਲੋਜ਼ ਲਿਆ ਕੇ ਨੇੜੇ ਲਾਏ ਨੇ ਔਰ ਉਹਨਾਂ ਨੂੰ ਇਹਨਾਂ ਨੇ ਯੂਜ਼ ਇਸੇ ਸੰਬੰਧ 'ਚ ਕਰਨਾ, ਮੈਂ ਉਹਨਾਂ ਦੇ ਨਾਮ ਵੀ ਦੱਸ ਦੂੰ ਤੁਹਾਨੂੰ। ਦੇ ਆਰ ਟਰਾਇੰਗ ਇਟ ਕਿ ਇਹਨੂੰ ਫੜ ਕੇ ਕਿਸੇ ਤਰੀਕੇ ਇੱਕ ਵਾਰੀ ਅੰਦਰ ਬਹਿ ਜਾਏ ਜੇਲ੍ਹ 'ਚ। ਜਿਵੇਂ ਮੈਂ ਅੱਗੇ ਦੱਸਿਆ ਕਿ ਗੁਰਮੀਤ ਸਿੰਘ ਪਿੰਕੀ ਨੂੰ ਇੱਕ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਸੀ। ਇਹ ਕੇਸ ਸੀ ਲੁਧਿਆਣੇ ਦੇ ਇੱਕ ਨੌਜਵਾਨ ਅਵਤਾਰ ਸਿੰਘ ਗੋਲਾ ਦਾ ਕਤਲ, ਜੋ 7 ਜਨਵਰੀ 2001 ਨੂੰ ਹੋਇਆ ਸੀ। ਪਿੰਕੀ ਨੂੰ ਉਮਰ ਕੈਦ ਦੀ ਸਜ਼ਾ ਹਰਿਆਣੇ ਦੇ ਯਮੁਨਾਨਗਰ ਦੀ ਇੱਕ ਕੋਰਟ ਨੇ ਅਦਾਲਤ ਨੇ ਸੁਣਾਈ ਸੀ, ਜਿਸ ਦੀ ਪੁਸ਼ਟੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੀਤੀ ਸੀ। ਪਿੰਕੀ ਦਾ ਦਾਅਵਾ ਹੈ ਕਿ ਉਸਨੇ ਗੋਲੇ ਨੂੰ ਨਹੀਂ ਮਾਰਿਆ ਅਤੇ ਉਸਨੂੰ ਸੀਨੀਅਰ ਅਧਿਕਾਰੀਆਂ ਨੇ ਨਜਾਇਜ਼ ਫਸਾਇਆ ਹੈ। ਪਿੰਕੀ ਨੇ ਕਿਹਾ ਹੈ ਕਿ ਜੇ ਉਹ 50 ਬੰਦਿਆਂ ਦੇ ਕਤਲ ਕਬੂਲ ਕਰਦਾ ਹੈ ਤਾਂ ਉਹਨੂੰ 51ਵੇਂ ਦਾ ਕਤਲ ਮੰਨਣ 'ਚ ਕੀ ਪ੍ਰੋਬਲਮ ਹੈ? ਤੁਹਾਡੇ ਮੁਤਾਬਕ ਤੁਸੀਂ ਅਵਤਾਰ ਸਿੰਘ ਗੋਲੇ ਨੂੰ ਗੋਲੀ ਨਹੀਂ ਮਾਰੀ? ਮੈਂ ਕਹਿੰਦਾ ਜੀ ਮੈਂ ਘੱਟ ਤੋਂ ਘੱਟ ਮੇਰੀ ਹਾਜ਼ਰੀ 12 ਸਾਲ ਸੀ ਇਹ ਲੁਧਿਆਣੇ ਦੀ, ਮੇਰੇ ਹੱਥਾਂ 'ਚ 50 ਬੰਦੇ ਤਕਰੀਬਨ ਉੱਥੇ ਮਰੇ ਹੋਣੇ ਜੋ ਕਿ ਸੀਨੀਅਰ ਅਫੀਸਰਾਂ ਨੇ ਮਾਰੇ। ਜੇ ਮੈਂ ਉਹਨਾਂ ਨੂੰ ਕਨਵੈਸ ਕਰ ਸਕਦਾ 1 ਬੰਦੇ ਦੀ ਮੈਨੂੰ ਕੀ ਪ੍ਰੋਬਲਮ ਹੈ? ਮੈਂ 51 ਨਹੀਂ ਕਹਿ ਸਕਦਾ, 50 ਵੀ ਤਾਂ ਮਰੇ ਮੇਰੇ ਸਾਹਮਣੇ ਹੀ ਮਰੇ ਉਹ, ਕਿੱਦਾਂ ਕਿੱਦਾਂ ਮਾਰੇ ਗਏ ਇਕੱਲੇ ਇਕੱਲੇ ਬਾਰੇ ਮੈਂ ਵਿਸਥਾਰ ਨਾਲ ਦੱਸਦਾਗਾ, ਅਤੇ ਜੇ 50 ਤੇ 51 ਹੋ ਜਾਣਗੇ ਫਿਰ ਕੀ ਹੋ ਜੂਗਾ? ਪਿੰਕੀ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਕੋਲ ਆਪਣੀ ਬੇਗੁਨਾਈ ਦੇ ਪੁਖਤਾ ਸਬੂਤ ਨੇ। ਪਰ ਇਹ ਸਭ ਕੁਝ ਪਿੰਕੀ ਦਾ ਦਾਅਵਾ ਹੈ, ਜਿਸ ਉੱਤੇ ਅਸੀਂ ਕੋਈ ਆਪਣੀ ਟਿੱਪਣੀ ਨਹੀਂ ਕਰਨਾ ਚਾਹੁੰਦੇ।
ਗੋਲੇ ਵਾਲੇ ਦੀ ਗੱਲ ਦੁਬਾਰਾ ਕਰਦੇ ਵੀ ਉਹ ਪਰਚਾ ਝੂਠਾ ਹੋਇਆ। ਹਾਂਜੀ, ਸਿੰਘ ਗੋਲਾ ਜਿਹੜਾ 21 ਸਾਲ ਦਾ ਨੌਜਵਾਨ ਸੀ ਲੁਧਿਆਣੇ ਦਾ, ਉਹਦੀ ਮੌਤ 7 ਜਨਵਰੀ 2001 ਨੂੰ ਹੋਈ ਆ, ਕਰੀਬ 7:30 ਵਜੇ ਸ਼ਾਮ ਨੂੰ। ਤੁਸੀਂ 7:30 ਵਜੇ, ਔਰ ਕਿਹਾ ਗਿਆ ਕਿ ਤੁਸੀਂ ਉਹਦੇ ਘਰ ਦੇ ਬਾਹਰ ਜਿੱਥੇ ਇਨਕਾਊਂਟਰ ਹੋਇਆ ਜਾਂ ਜਿੱਥੇ ਵਾਕਿਆ ਹੋਇਆ ਉੱਥੇ ਬਹਿ ਕੇ ਗੱਡੀ ਦੇ ਉੱਤੇ ਬੋਤਲ ਰੱਖ ਕੇ ਸ਼ਰਾਬ ਪੀ ਰਹੇ ਸੀ। ਉਹਦੇ ਬਾਰੇ ਦੱਸੋਗੇ ਵੀ ਇਹ ਸ਼ਰਾਬ ਤੁਸੀਂ ਉੱਥੇ ਕਿਉਂ ਪੀ ਰਹੇ ਸੀਗੇ ਔਰ ਵਾਕਿਆ ਕੀ ਹੋਇਆ? ਤੁਸੀਂ ਸੰਧੂ ਸਾਹਿਬ ਮੇਰੇ ਨਾਲ ਜ਼ਿਆਦਾ ਸਿਆਣੇ ਹੋ। ਘੁਮਾਰ ਮੰਡੀ ਇੱਕ ਬਹੁਤ ਪਾਪੂਲੇਟਡ ਏਰੀਆ, ਉਹ ਕੋਈ ਬਾਹਰ ਤਾਂ ਹੈ ਨਹੀਂ ਸੀ ਕਿ ਉੱਥੇ ਸੜਕ ਦੇ ਉੱਤੇ ਬੋਤਲ ਰੱਖ ਕੇ ਸ਼ਰਾਬ ਪੀਤੀ ਜਾਂਦੀ। ਉਹਦੇ ਸਾਹਮਣੇ ਸ਼੍ਰੀ ਨਰਸਿੰਘ ਹੋਮ ਹੈ ਬਹੁਤ ਵੱਡਾ, ਜਿੱਥੇ ਕਿ ਘੱਟ ਤੋਂ ਘੱਟ 100 ਦੇ ਕਰੀਬ ਨਰਸਿਸ ਨੇ, ਬਾਕੀ ਪੇਸ਼ੈਂਟ ਆਉਂਦੇ, ਉਹਨਾਂ ਦਾ ਟ੍ਰੀਟਮੈਂਟ ਹੁੰਦਾ। ਡੂ ਯੂ ਥਿੰਕ ਕਿ ਇੱਦਾਂ ਬੋਤਲ ਰੱਖ ਕੇ ਉੱਥੇ ਸ਼ਰਾਬ ਪੀਤੀ ਜਾ ਸਕਦੀ ਹੈ? ਬਟ ਮੈਂ 7/1/2001 ਨੂੰ ਮੇਰੀ ਪੋਸਟਿੰਗ ਜਿਹੜੀ ਪੁਲਿਸ ਲਾਈਨ ਮੋਗਾ ਵਿਖੇ ਸੀਗੀ। 7/1 ਨੂੰ ਤੁਹਾਡੀ ਪੋਸਟਿੰਗ ਸੀਗੀ ਪੁਲਿਸ ਲਾਈਨ ਮੋਗਾ? ਓਕੇ। ਉੱਥੇ ਸਵੇਰੇ SPD ਸ਼ਿਵ ਕੁਮਾਰ ਜੀ ਨੇ ਮੈਨੂੰ ਬੁਲਾਇਆ, ਬੁਲਾ ਕੇ ਉਹਨਾਂ ਨੇ ਕਿਹਾ ਵੀ 26 ਜਨਵਰੀ ਦੇ ਸੰਬੰਧੀ ਉੱਥੇ ਥ੍ਰੈਟ ਆ ਦਿੱਲੀ, ਤੁਸੀਂ ਦਿੱਲੀ ਜਾਣਾ ਅਤੇ ਉੱਥੇ ਜਾ ਕੇ ਦਿੱਲੀ ਰਿਪੋਰਟ ਕਰਨਾ ਲਾਲ ਕਿਲੇ। 7 ਨੰਬਰ ਰਫਟ ਰਾਹੀਂ ਮਾਨਯੋਗ ਸ਼ਿਵ ਕੁਮਾਰ ਜੀ ਨੇ ਮੇਰੀ ਰਵਾਨਗੀ ਕਰਾਈ ਹੈ। ਸ਼ਰਦ ਸੱਤਿਆ ਚੌਹਾਨ ਜੀ SSP ਸੀਗੇ ਉੱਥੇ, ਮੈਂ ਉੱਥੋਂ ਚੱਲਿਆ, ਚੱਲ ਕੇ ਮੈਂ ਲੁਧਿਆਣੇ ਆਇਆ। ਲੁਧਿਆਣੇ ਆ ਕੇ ਮੇਰਾ ਗਨਮੈਨ ਸੀ ਸਿਮਰਜੀਤ, ਉਹਨੂੰ ਲਿਆ ਨਾਲ, ਨਾਲ ਲੈ ਕੇ ਕੱਪੜੇ ਲੈ ਕੇ ਅਸੀਂ ਦਿੱਲੀ ਚਲੇ ਗਏ। ਸਿਮਰਜੀਤ ਨਾਲ ਗਿਆ ਤੁਹਾਡੇ ਦਿੱਲੀ? ਨਾਲ ਗਿਆ ਦਿੱਲੀ। ਅਸੀਂ ਉੱਥੇ ਜਦੋਂ ਪਹੁੰਚ ਗਏ ਅਸੀਂ ਉੱਥੇ ਸੂਰਿਆ ਹੋਟਲ ਰਜ਼ੌਰੀ ਗਾਰਡਨ, 3-star ਹੋਟਲ ਹੈ, ਉਹਦੇ 'ਚ ਕਮਰਾ ਲਿਆ 7 ਵਜੇ। ਜੋ ਕਿ ਬਿੱਲ ਮੈਂ ਜਨਾਬ ਦਿਖਾ ਰਿਹਾ ਆਪਦੇ ਕੋਲ, ਜਿਹੜਾ ਆਹ ਸੂਰਿਆ ਹੋਟਲ ਦੀ ਤੁਸੀਂ ਜਿਹੜੀ ਰਸੀਟ ਦਿੰਦੇ ਜੇ, ਇਹਦੇ 'ਚ ਲਿਖਿਆ ਵੀ ਤੁਸੀਂ ਗੁਰਮੀਤ ਸਿੰਘ ਨਾਂ ਦਾ ਸੱਜਣ ਜਿਹੜਾ ਵਾ ਉਹ 7 ਜਨਵਰੀ ਨੂੰ 7:30 ਵਜੇ ਅੰਦਰ ਜਾ ਕੇ ਉੱਥੇ ਕਮਰਾ ਲੈਂਦਾ ਵਾ। ਇੱਥੇ 7:30 ਦਾ ਟਾਈਮ ਹੈ, ਉੱਧਰ 7:30 ਵਜੇ ਹੀ ਗੋਲੇ ਦਾ ਮਰਡਰ ਹੋ ਜਾਂਦਾ ਜਾਂ ਕਤਲ ਹੋ ਜਾਂਦਾ, ਉਹਦਾ ਮੌਤ ਹੋ ਜਾਂਦੀ ਹੈ। ਐਂ ਲੱਗਦਾ ਵਾ ਵੀ ਸ਼ਾਇਦ 7:30 ਹੀ ਤੁਸੀਂ ਉੱਥੇ ਆਪਣੀ ਦਿਖਾ ਰਹੇ ਜੇ ਐਂਟਰੀ। ਇਹ ਕਹਿਣ ਵਾਲਾ ਇਹ ਵੀ ਕਿਹਾ ਜਾ ਸਕਦਾ ਵਾ ਵੀ ਇਹ ਕੋਈ ਇਹ ਐਂਟਰੀ ਜਿਹੜੀ ਫੇਕ ਹੈ? ਸੰਧੂ ਸਾਹਿਬ, ਦਿੱਲੀ ਇੱਥੋਂ 5 ਘੰਟੇ ਦਾ ਰਸਤਾ ਲੁਧਿਆਣੇ ਤੋਂ ਜੀ, 5-6 ਘੰਟੇ ਤੋਂ ਪਹਿਲਾਂ ਤੁਸੀਂ ਉੱਥੇ ਪਹੁੰਚ ਨਹੀਂ ਸਕਦੇ। ਔਰ ਮੈਂ ਮੋਗੇ ਤੋਂ ਚੱਲਿਆ ਸਵੇਰੇ 11 ਵਜੇ ਦਾ, ਮੈਂ 7 ਵਜੇ ਨਹੀਂ ਚੱਲਿਆ, 11 ਵਜੇ ਮੋਗੇ ਤੋਂ ਚੱਲ ਕੇ ਮੈਂ ਸ਼ਾਮੀ 7 ਵਜੇ ਉੱਥੇ ਪਹੁੰਚਿਆ। ਜਾ ਕੇ ਮੈਂ ਚਾਹ ਦਾ ਕੱਪ ਪੀਤਾ, ਪੀ ਕੇ ਮੈਂ ਆਪਣਾ ਸਮਾਨ ਰੱਖਿਆ। 8 ਵਜੇ ਘਰੋਂ ਮੇਰੀ ਮਿਸਿਜ ਦਾ ਮੈਨੂੰ ਫੋਨ ਆਇਆ, ਮੇਰੀ ਰਿਹਾਇਸ਼ ਉਸ ਵੇਲੇ ਪੁਲਿਸ ਲਾਈਨ ਸਰਕਾਰੀ ਘਰ ਦੇ ਵਿੱਚ ਸੀਗੀ ਲੁਧਿਆਣੇ, ਮਾਇਆ ਨਗਰ 'ਚ ਘਰ ਸੀਗਾ। ਹਾਂਜੀ, ਉਹ ਤੁਹਾਡਾ ਘਰ ਨਹੀਂ? ਉਹ ਮੇਰੇ ਮਾਤਾ ਜੀ ਦਾ ਘਰ ਸੀ, ਮਾਤਾ ਹਰਬੰਸ ਕੌਰ ਜੀ ਨਾਂ ਦੀ ਰਜਿਸਟਰੀ ਸੀ, ਉਹ ਉੱਥੇ ਰਹਿੰਦੇ ਸੀ। ਆਪਣਾ ਇਲਾਜ ਕਰਵਾਉਣ ਲਈ ਉਹ CMC DMC ਜਾਂਦੇ ਸੀ ਜੀ। ਉੱਥੇ ਬੰਦਾ ਮਰ ਗਿਆ। ਜਦੋਂ ਮੈਂ ਉਹਨਾਂ ਤੋਂ ਇਹ ਗੱਲ ਸੁਣੀ ਵੀ ਅਟੈਕ ਹੋ ਗਿਆ ਸਾਡੇ ਘਰ, ਤਾਂ ਮੈਨੂੰ ਉਸ ਵੇਲੇ BP ਬਹੁਤ ਹਾਈ ਹੋ ਗਿਆ। BP ਹਾਈ ਹੋਣ ਨਾਲ ਹੋਸਪਿਟਲ, ਉਹ ਜਿਹੜੇ ਸੂਰੇ ਵਾਲੇ ਸੀਗੇ ਉਹਨਾਂ ਨੇ ਮੈਨੂੰ ਨਾਲ ਹੀ ਥੱਲੇ ਹੋਸਪਿਟਲ ਪਹੁੰਚਾਇਆ, ਅਸ਼ੋਕਾ ਨਰਸਿੰਗ ਹੋਮ, ਜੋ ਕਿ ਉਹਨਾਂ ਦੀ ਸਲਿੱਪ ਤੁਹਾਡੇ ਕੋਲ ਹੈ ਜੀ। ਅਸ਼ੋਕਾ ਨਰਸਿੰਗ ਹੋਮ ਨੇ ਮੈਨੂੰ ਉਸੇ ਵੇਲੇ ਐਡਮਿਟ ਕੀਤਾ। ਐਡਮਿਟ ਕਰਕੇ ਮੈਨੂੰ ਉਹਨਾਂ ਨੇ ਡਿਪ ਲਾਈ, ਡਿਪ ਲਾ ਕੇ ਗੁਲੂਕੋਜ਼ 250-170 ਜੋ ਕਿ ਪਰਚੀ ਦੇ ਉੱਤੇ ਲਿਖਿਆ, BP ਮੇਰਾ ਉਸ ਵੇਲੇ ਇੰਨਾ ਹਾਈ ਹੋ ਗਿਆ ਸੀ। 3 ਘੰਟੇ ਮੈਂ ਉੱਥੇ ਰਿਹਾ, 10-10:30 ਤੱਕ ਜਦੋਂ ਕੋਈ ਉੱਥੇ ਫਰਕ ਨਹੀਂ ਪਿਆ ਤਾਂ ਉਹਨਾਂ ਨੇ ਇਸੇ ਸਲਿੱਪ ਦੇ ਉੱਤੇ ਮੈਨੂੰ ਦੀਨ ਦਿਆਲ ਉਪਾਧਿਆ ਰੈਫਰ ਕੀਤਾ ਹੋਇਆ। ਇਹ ਤਾਂ ਵਿੱਚ ਹੈਗੀਆਂ, ਅਸ਼ੋਕਾ ਦੀ ਵੀ ਹੈ ਪਰਚੀ ਅਤੇ ਦੀਨ ਦਿਆਲ ਦੀ ਵੀ ਪਰਚੀ ਹੈ। ਹਾਂਜੀ, ਕੀ ਇਹ ਸੂਰਿਆ ਹੋਟਲ 'ਚ ਇਸ ਜਿਹੜੀ ਜਗ੍ਹਾ ਦੱਸੀ ਹੈ ਅਸ਼ੋਕ ਨਰਸਿੰਗ ਹੋਮ ਜਾਂ ਦੀਨ ਦਿਆਲ 'ਚ, ਕੀ ਉੱਥੇ ਲੋਕ ਗਵਾਹੀ ਦੇਣਗੇ ਵੀ ਤੁਸੀਂ ਸ਼ਾਮ ਨੂੰ ਉੱਥੇ ਸੀ? ਬਿਲਕੁਲ, ਮੈਂ ਰੀਸੈਂਟ ਤੁਹਾਡੇ ਨਾਲ ਇਹ ਗੱਲ ਕਰਨ ਤੋਂ ਪਹਿਲਾਂ 1 ਹਫ਼ਤਾ ਪਹਿਲਾਂ ਅਸ਼ੋਕ ਨਰਸਿੰਗ ਹੋਮ ਨੂੰ ਮਿਲ ਕੇ ਆਇਆ। ਉਹਨੇ ਕਿਹਾ ਮੈਂ ਬਿਲਕੁਲ ਜਿਉਂਦਾ, ਮੈਂ ਤੁਹਾਡਾ ਟ੍ਰੀਟਮੈਂਟ ਕੀਤਾ, ਮੇਰੇ ਹੱਥ ਦੀ ਰਾਈਟਿੰਗ ਹੈ, ਮੈਂ ਇਹਨੂੰ ਕਿੱਦਾਂ ਮੁੱਕਰ ਸਕਦਾ ਕਿ ਮੇਰੀ ਰਾਈਟਿੰਗ ਨਹੀਂ ਗੀ, ਮੈਂ ਤੁਹਾਡਾ ਟ੍ਰੀਟਮੈਂਟ ਕੀਤਾ, ਜਿੱਥੇ ਮੇਰੀ ਲੋੜ ਹੈ ਮੈਂ ਜਾਊਂਗਾ। ਬਟ ਜਿਹੜਾ ਉਹ ਸੂਰਿਆ ਹੈਗਾ ਹੋਟਲ, ਉਹਨਾਂ ਨੂੰ ਮੈਂ ਮਿਲ ਕੇ ਆਇਆ। ਉਹ ਕਹਿੰਦੇ ਜੀ 2008 ਦੇ ਵਿੱਚ ਅਸੀਂ ਹੋਟਲ ਬੰਦ ਕਰਕੇ ਆਪਣਾ ਸ਼ੋਪਿੰਗ ਕੰਪਲੈਕਸ ਇੱਥੇ ਬਣਾ ਲਿਆ, ਇਹ ਜਿਹੜਾ ਰਿਕਾਰਡ ਸਾਰਾ ਅਸੀਂ ਰਜੌਰੀ ਗਾਰਡਨ ਥਾਣੇ ਉੱਥੇ ਰੱਖਿਆ, ਉੱਥੋਂ ਤੁਹਾਨੂੰ ਇਹ ਮਿਲ ਸਕਦਾ। ਮੈਂ ਉਹ ਵੈਰੀਫਾਈ ਕਰਕੇ ਫਿਰ ਤੁਹਾਨੂੰ ਦੱਸ ਰਿਹਾ। ਉਸ ਤੋਂ ਬਾਅਦ ਦੀਨ ਦਿਆਲ 250-170 ਰਾਤ ਨੂੰ ਜਾ ਕੇ ਸਵੇਰੇ 4 ਵਜੇ ਕੁਛ 170-120 ਹੋਇਆ। ਉੱਥੇ ਮੈਂ 9 ਤਰੀਕ ਤੱਕ ਦਾਖਲ ਰਿਹਾ। ਇਹ ਲੁਧਿਆਣਾ ਪੁਲਿਸ ਸਾਰਾ ਰਿਕਾਰਡ ਦੀਨ ਦਿਆਲ ਉਪਾਧਿਆ ਤੋਂ ਲੈ ਕੇ ਆਈ। ਉਸ ਤੋਂ ਬਾਅਦ ਜਦੋਂ ਇਹ ਵਾਕਿਆ ਹੋ ਗਿਆ ਤਾਂ ਇਹਨਾਂ ਨੇ SPD ਸਾਹਿਬਾਨ ਨੇ ਰੋਜ਼ ਨਾਮਚਾ ਮੇਰਾ ਉੱਥੋਂ ਮੋਗਿਆਂ ਪੜਵਾ ਕੇ
ਜਿਹੜੀ ਮੇਰੀ ਰਵਾਨਗੀ ਕੀਤੀ ਸੀ ਉਹਦੇ 'ਚ ਮੈਨੂੰ ਗੈਰ ਹਾਜ਼ਰ ਕਰਤਾ ਕਿ ਇਹ ਬੰਦਾ ਇੱਥੋਂ ਗੈਰ ਹਾਜ਼ਰ ਹੈ। ਉਹ ਹੁਣ ਰਵਾਨਗੀ ਹੈ ਨਹੀਂ ਉੱਥੇ, ਰਪਟ ਨੰਬਰ 7 ਜਿਹੜੀ ਸੀ। ਮੈਂ ਉਹਦੇ ਬਾਰੇ ਵਿਸਥਾਰ ਨਾਲ ਦੱਸਦਾ ਤੁਹਾਨੂੰ, ਇਹਨਾਂ ਨੇ ਰੋਜ਼ਨਾਮਚਾ ਪਾੜ ਕੇ ਮੈਨੂੰ ਗੈਰ ਹਾਜ਼ਰ ਕਰਤਾ। ਜਦੋਂ ਮੈਂ ਆਇਆ ਤਾਂ ਮੈਨੂੰ ਇਹ ਕਹਿੰਦੇ ਵੀ ਤੂੰ ਇਹ ਜਿਹੜਾ ਰਿਕਾਰਡ ਹੈ ਸਾਨੂੰ ਦੇ ਦੇ, ਅਸੀਂ ਤੇਰੀ ਡਿਪਾਰਟਮੈਂਟ ਖੋਲ੍ਹੀ ਹੈ, ਤੇਰੀ ਡਿਪਾਰਟਮੈਂਟ ਜਿਹੜੀ ਹੈ ਅਸੀਂ ਫਾਈਲ ਕਰਕੇ ਇਹਨੂੰ ਬੰਦ ਕਰ ਦਿੰਦੇ ਹਾਂ। ਉਹ ਮੈਂ ਕਿਹਾ ਮੈਂ ਤਾਂ ਕਤਲ ਦੇ ਵਿੱਚ ਭੱਜਿਆ ਹੋਇਆ ਬੰਦਾ, ਤੁਸੀਂ ਮੇਰੀ ਡਿਪਾਰਟਮੈਂਟ ਕਿਉਂ ਫਾਈਲ ਕਰੋਗੇ? ਵਾਏ, ਜਦੋਂ ਮੈਂ ਕਤਲ ਕੀਤਾ ਲੈਟ ਮੀ ਸੀ, ਮੈਂ ਫੋਰੈਂਸਿਕ ਲੈਬ 'ਚ ਰੋਜ਼ਨਾਮਚਾ ਭੇਜ ਕੇ ਇਹਨੂੰ ਚੈੱਕ ਕਰਾਊਂਗਾ। ਇਹਨਾਂ ਨੇ ਅੱਜ ਵੀ ਤੁਸੀਂ ਉਹ ਮੇਰੇ ਜਿਹੜੀ ਕਰੈਕਟਰ ਰੋਲ ਦੇ ਵਿੱਚ ਐਂਟਰੀ ਹੈ, ਅਗਰ ਮੈਂ ਕਤਲ ਕੀਤਾ ਹੋਇਆ ਸੀ ਤਾਂ ਉਹ ਇਹਨਾਂ ਨੇ ਫਾਈਲ ਕਿੱਦਾਂ ਕਰਤੀ ਜੀ? ਉਸ ਗੱਲ ਦਾ ਮੈਨੂੰ ਜਵਾਬ ਦੇਣ ਕਿ ਉਹ ਫਾਈਲ ਬਣਦੀ ਸੀ। ਕਤਲ ਨਹੀਂ ਕੀਤਾ ਜਿਵੇਂ ਤੁਸੀਂ ਕਹਿ ਰਹੇ ਜੇ, ਅਤੇ 9 ਤਰੀਕ ਨੂੰ ਤੁਸੀਂ ਦੀਨ ਦਿਆਲ ਉਪਾਧਿਆ ਹਸਪਤਾਲ 'ਚੋਂ ਫਰਾਰ ਕਿਉਂ ਹੋਏ 9 ਤਰੀਕ ਨੂੰ? 9 ਤਰੀਕ ਤੱਕ ਇਹਨਾਂ ਨੇ ਮੇਰੇ ਉੱਥੇ ਲੁਧਿਆਣੇ ਘਰ ਦਾ ਬਹੁਤ ਬੁਰਾ ਹਾਲ ਕਰਤਾ। ਚੋਰ ਚੱਕ ਕੇ ਵਿਸਕੀ ਵਗੈਰਾ ਘਰ ਮੇਰੇ 'ਚ ਰੱਖ ਕੇ 61-14 ਦਾ ਪਰਚਾ ਮੇਰੇ 'ਤੇ, ਉਹ ਵੀ ਝੂਠਾ ਦਿੱਤਾ, ਕਿਉਂਕਿ ਉਹ SSP ਸਾਹਿਬ ਜਿਹੜੇ ਮੇਰੇ ਨਾਲ ਨਾਰਾਜ਼ ਸੀ, ਜੋ ਕੁਛ ਕੀਤਾ ਗਿਆ ਇਹ ਸਾਰਾ ਉੱਪਰ ਹੈੱਡ ਇਹਨਾਂ ਦੀ ਮਿਹਰਬਾਨੀ ਨਾਲ ਕੀਤਾ ਗਿਆ। SSP ਕੌਣ ਸੀ? ਕੁਲਦੀਪ ਸਿੰਘ। ਉਹ ਉਹਨਾਂ ਨੂੰ ਮੈਂ ਉਦੋਂ ਵੀ ਕਿਹਾ ਸੀ, ਮੈਂ ਅੱਜ ਵੀ ਕਹਿੰਦਾ ਵੀ ਉਹ ਗੁਰੂ ਗ੍ਰੰਥ ਸਾਹਿਬ ਸਿਰ 'ਤੇ ਚੱਕ ਕੇ ਕਹਿ ਦੇਣ ਪਿੰਕੀ ਨੇ ਕਤਲ ਕੀਤਾ, ਮੈਨੂੰ ਚੌਂਕ 'ਚ ਗੋਲੀਆਂ ਖੜਾ ਕੇ ਮਾਰ ਦਿਓ, ਮੈਂ ਕਿਸੇ ਨੂੰ ਕੁਛ। ਫਰਾਰ ਹੋਣ ਦੀ ਕੀ ਲੋੜ ਸੀ ਜਦੋਂ ਮੇਰੇ 'ਤੇ ਇਹਨਾਂ ਨੇ ਦਬਾਈ ਸਾਰੇ ਪਾਸੇ, ਮੇਰੇ ਰਿਸ਼ਤੇਦਾਰਾਂ ਦੇ ਘਰ ਇੰਨਾ ਬੁਰਾ ਹਾਲ, ਕਈ ਕੁਛ ਕੀਤਾ। ਪਰ ਗੁਰਮੀਤ ਸਿੰਘ ਪਿੰਕੀ ਤੁਸੀਂ ਇੰਸਪੈਕਟਰ ਸੀਗੇ, ਇੰਸਪੈਕਟਰ ਇੱਕ ਗਜ਼ਟਰ, ਵਰਚੁਅਲੀ ਗਜ਼ਟਰ ਅਫਸਰ ਹੀ ਹੁੰਦਾ ਇੱਕ ਤਰੀਕੇ ਦਾ, ਸੋ ਤੁਹਾਨੂੰ ਫਰਾਰ ਹੋਣ ਦੀ ਕੀ ਲੋੜ ਸੀ? ਕਤਲ ਕੀਤਾ ਨਹੀਂ ਤੁਸੀਂ? ਇੰਸਪੈਕਟਰ ਦੇ ਉੱਪਰ ਇੱਕ DGP ਵੀ ਹੁੰਦਾ ਜੀ, ਇੱਕ IG ਵੀ ਹੁੰਦਾ ਜੀ, ਉਹਨਾਂ ਦੀ ਪਾਵਰ ਇੰਸਪੈਕਟਰ ਤੋਂ ਬਹੁਤ ਜ਼ਿਆਦਾ ਹੁੰਦੀ ਹੈ, ਜੋ ਕਿ ਮੈਂ ਦੇਖ ਚੁੱਕਾ ਆਪਣੇ ਅੱਖਾਂ। ਉਹਨਾਂ ਨੇ ਕੀ ਕਿਹਾ ਤੁਹਾਨੂੰ? ਮੈਨੂੰ ਉਹਨਾਂ ਨੇ ਇੱਥੋਂ ਤੱਕ ਪ੍ਰੈਸ਼ਰਾਈਜ਼ ਕੀਤਾ ਕਿ ਵੀ ਇਹ ਰਿਕਾਰਡ ਖਬਰਦਾਰ ਤੂੰ ਲਾਏਗਾ ਨਹੀਂ ਉੱਥੇ ਆਪਣੇ ਨਾਲ। ਕਿਉਂ ਚਾਹੁੰਦੇ ਸੀ ਵੀ ਤੁਸੀਂ ਇਸ ਕੇਸ ਦੇ ਵਿੱਚ ਫਸੋ? ਫਸਾ ਇਹਨਾਂ ਨੇ ਛੱਡਿਆ ਕਿਹਨੂੰ ਹੈ? ਜਿੰਨੇ ਬੰਦੇ ਜਿਨ੍ਹਾਂ ਨੇ ਅੱਤਵਾਦ ਦੇ ਖਿਲਾਫ਼ ਕੰਮ ਕੀਤਾ, 1x1 ਇਹਨਾਂ ਨੇ ਚੱਕ ਕੇ ਮਾਰ ਅਤੇ ਛੱਡਿਆ ਕਿਹੜਾ ਇਹਨਾਂ ਨੇ? ਮੇਰੇ 'ਤੇ 2 ਅਟੈਂਪਟ ਹੋਈਆਂ, ਇੱਕ ਵਾਰੀ ਇੱਥੇ ਹੋਈ ਆ, ਇੱਕ ਵਾਰੀ ਉਸ ਤੋਂ ਪਹਿਲਾਂ ਵੀ ਹੋਈ, ਉਹ ਵੀ ਤੁਹਾਨੂੰ ਦੱਸ ਦੂੰਗਾ। ਪਰ ਇਹ ਕਿਹਾ ਜਾਂਦਾ ਵਾ ਵੀ ਜਿਹੜਾ ਅਵਤਾਰ ਸਿੰਘ ਗੁੱਲ ਹੈ ਇਹਦੀ ਮੌਤ ਹੋਈ ਆ, ਉਹਦੇ 'ਚ ਤੁਹਾਡਾ ਹਥਿਆਰ ਵਰਤਿਆ ਗਿਆ ਜਿਹੜਾ ਤੇਰਾ ਪਰਸਨਲ ਵੈਪਨ ਸੀ? ਮੇਰਾ ਕੋਈ ਹਥਿਆਰ ਹੀ ਨਹੀਂ ਵਰਤਿਆ ਗਿਆ, 30 ਬੋਰ ਦੀ ਗੋਲੀ ਕਾਰਟੇਜ ਮੌਕੇ ਤੋਂ ਪੁਲਿਸ ਨੇ ਚੱਕੀ ਆ, 1K-47 ਦੀ ਗੋਲੀ ਚੱਕੀ, ਮੇਰੇ ਕੋਲ 38 ਰਿਵਾਲਵਰ ਸੀ, ਮੇਰੇ ਹਥਿਆਰ ਦਾ ਕੋਈ ਸੰਬੰਧ ਨੂੰ? ਲਾਇਸੈਂਸ ਰਿਵਾਲਵਰ ਕਿਹੜਾ ਦਿੱਤਾ ਸਰਕਾਰ ਨੇ? ਲਾਇਸੈਂਸ ਕੋਈ ਨਹੀਂ, ਇਹਦਾ ਕੋਤਾ ਸਰਕਾਰ ਨੇ ਕਿਹੜਾ ਇਸ਼ੂ? 38 ਮੈਨੂੰ ਕੋਤਾ 'ਚੋਂ ਇਸ਼ੂ ਹੋਇਆ, 38 ਰਿਵਾਲਵਰ ਮੈਂ ਆਪਣੇ ਨਾਲ ਦਿੱਲੀ ਲੈ ਕੇ ਡਿਊਟੀ 'ਤੇ ਗਿਆ ਹੋਇਆ ਸੀ, ਮੇਰਾ ਇਸ ਗੱਲ ਨਾਲ ਸੰਬੰਧ ਹੀ ਕੋਈ ਨਹੀਂ। ਉਸ ਤੋਂ ਬਾਅਦ ਅੱਜ ਤੱਕ ਪਤਾ ਕੀਤਾ ਹੋਣਾ ਤੁਹਾਡੀ ਇਨਕੁਆਇਰੀ ਕੀ ਆਉਂਦੀ ਹੈ ਵੀ ਉੱਥੇ ਰਾਤ ਨੂੰ ਕੀ ਹੋਇਆ ਕੀ 7 ਤਰੀਕ ਨੂੰ? ਜੋ ਕੁਛ ਹੋਇਆ ਉੱਥੇ ਮੇਰੇ ਮਦਰ ਦਾ ਘਰ ਸੀਗਾ, ਇਹ ਜਿਹੜੇ ਇੱਕ ਬਿੱਟੂ ਗਿੱਲ ਪ੍ਰਾਈਵੇਟ ਬੰਦਾ, ਪੰਮੀ ਗਨਹਾਊਸ ਵਾਲਾ ਪ੍ਰਾਈਵੇਟ ਬੰਦਾ, ਪੁੰਨਾ ਡੈਰੀ ਵਾਲਾ ਪ੍ਰਾਈਵੇਟ ਬੰਦਾ, 2 ਉੱਥੇ ਮੁਲਾਜ਼ਮ ਸੀਗੇ, ਇਹ 5 ਜਣੇ ਉੱਥੇ ਸ਼ਰਾਬ ਪੀ ਰਹੇ ਸੀ, 3 ਬੰਦੇ ਮੋਟਰਸਾਈਕਲ 'ਤੇ ਆਏ, ਉਹਨਾਂ ਨੇ ਪੰਮੀ ਦੀ ਕਾਰ ਦੇ ਵਿੱਚ ਖੜ੍ਹੀ ਮੋਟਰਸਾਈਕਲ ਮਾਰਿਆ, ਇਹਨਾਂ ਨੇ ਉਹਨਾਂ ਦੀ ਚਪੀਣਾ ਮਾਰੀਆਂ, ਆਪਸ 'ਚ ਇਹਨਾਂ ਦਾ ਝਗੜਾ ਹੋ ਗਿਆ। ਜਦ ਤੱਕ 15-20 ਬੰਦੇ ਲੈ ਕੇ ਅਮਰੀਕ ਸਿੰਘ ਉਹਦਾ ਪਿਓ ਜਿਹੜਾ ਉਹ ਆ ਗਿਆ, ਉਹਨਾਂ ਨੇ ਇਹਨਾਂ ਨੂੰ ਮਾਰਨਾ ਕੁੱਟਣਾ ਸ਼ੁਰੂ ਕੀਤਾ, ਇਹਨਾਂ ਨੇ ਉਹਦੇ ਗੋਲੀ ਮਾਰਤੀ, ਮੇਰਾ ਉਹਦੇ 'ਚ ਕੀ ਸੰਬੰਧ ਹੈ? ਤੁਹਾਡੇ ਹਿਸਾਬ ਨਾਲ ਜੋ ਤੁਸੀਂ ਪਤਾ ਕੀਤਾ ਹੋਣਾ ਕਿੰਨੇ ਚਲਾਈ ਹੈ? ਪ੍ਰਵੀਨ ਕੁਮਾਰ ਬੀਨੇ ਨੇ ਮਾਰੀ ਹੈ ਜੀ। ਪ੍ਰਵੀਨ ਕੁਮਾਰ ਇਹਨੇ ਗੋਲੀ ਮਾਰੀ ਆ। ਪ੍ਰਵੀਨ ਕੁਮਾਰ ਸਪਾਈ ਆ? ਸਪਾਈ ਆ, ਇਸ ਗੱਲ ਦਾ ਅਮਰੀਕ ਸਿੰਘ ਨੂੰ ਚੰਗੀ ਤਰ੍ਹਾਂ ਪਤਾ। ਇਹਨਾਂ ਨੇ ਹੁਣ ਇਹਦੇ ਵਿੱਚ ਲੇਟੈਸਟ ਕੀ ਕੀਤਾ ਕਿ ਅਮਰੀਕ ਸਿੰਘ ਨੇ ਇੱਕ ਰਿਟ ਦਾਇਰ ਸੁਪਰੀਮ ਕੋਰਟ 'ਚ ਕੀਤੀ ਹੈ। ਪਰ ਕਿਹਾ ਜਾਂਦਾ ਵੀ ਕੋਈ ਬਿੱਟੂ ਗਿੱਲ ਤੁਹਾਡਾ ਗਨਮੈਨ ਸੀ, ਉਹਨੇ ਉਹ ਵੀ ਉੱਥੇ ਸੀ? ਬਿੱਟੂ ਗਿੱਲ ਬਿਲਕੁਲ ਉੱਥੇ ਹੋਣਾ, ਮੈਨੂੰ ਇਸ ਗੱਲ ਦਾ ਨਹੀਂ ਪਤਾ, ਪਰ ਮੇਰਾ ਉਹ ਕੋਈ ਗਨਮੈਨ ਨਹੀਂ ਸੀ। ਉਹ ਬੰਦਾ 89 ਦੇ ਵਿੱਚ ਮਹਿਕਮੇ 'ਚੋਂ ਬਰਖਾਸਤ ਹੋ ਚੁੱਕਾ। 89 ਤੋਂ ਬਾਅਦ ਤੁਸੀਂ ਇਸ ਗੱਲ ਨੂੰ ਦੇਖੋ, 12 ਸਾਲ ਹੋ ਗਏ, 2001 ਤੱਕ 12 ਸਾਲ ਉਹਨੂੰ ਬਰਖਾਸਤ ਹੋਏ ਹੋ ਗਏ, ਮੇਰੇ ਨਾਲ ਉਹਦਾ ਕੀ ਸੰਬੰਧ ਹੈ? ਤੁਸੀਂ ਇੱਕ ਵਾਰੀ ਤਾਂ ਦੀਨ ਦਿਆਲ ਉਪਾਧਿਆ ਤੋਂ ਫਰਾਰ ਹੋਏ, ਫਿਰ ਉਸ ਤੋਂ ਬਾਅਦ ਜਦੋਂ ਕੇਸ ਚੱਲਣਾ ਸ਼ੁਰੂ ਹੋ ਗਿਆ, ਤੁਹਾਡਾ ਕੇਸ ਤੁਹਾਡੀ ਗੱਲ ਤੋਂ ਆਉਂਦਾ ਵਾ ਬੜਾ ਸਾਫ਼ ਹੈ, ਤੁਸੀਂ ਉਹ ਦਿਨ ਹੈ ਹੀ ਨਹੀਂ ਸੀ ਉੱਥੇ, ਦਿੱਲੀ ਦੇ ਵਿੱਚ ਸੀਗੇ, ਫਿਰ ਕਚਹਿਰੀ ਦੇ ਵਿੱਚੋਂ ਤੁਸੀਂ ਫਰਾਰ ਕਿਉਂ ਹੋਏ? ਕਚਹਿਰੀ ਦੇ ਵਿੱਚੋਂ ਜਿਹੜਾ ਮਸਲਾ ਸੀਗਾ, ਪਹਿਲਾਂ ਮੇਰਾ ਕੇਸ ਜਿਹੜਾ ਇਹਨਾਂ ਨੇ ਲੁਧਿਆਣੇ ਤੋਂ ਟ੍ਰਾਂਸਫਰ ਕੀਤਾ ਚੰਡੀਗੜ੍ਹ। ਚੰਡੀਗੜ੍ਹ ਉੱਥੇ HS ਭੱਲਾ ਸ਼ਹਿ ਜੱਜ ਸੀਗੇ, ਉਹਨਾਂ ਨੇ ਲਿਖਿਆ ਮੈਂ ਨਹੀਂ ਕੇਸ ਸੁਣਨਾ। ਫਿਰ ਚੌਧਰੀ ਬਲਬੀਰ ਉਹਨਾਂ ਦੇ ਗਿਆ, ਬਲਬੀਰ ਸਿੰਘ ਨੇ ਉਹਨਾਂ ਨੇ ਕਿਹਾ ਤਾਂ, ਦੈਨ ਲਾਸਟ ਮਿਸਟਰ ਬਾਸਵਾਨਾ ਸੀਗੇ, ਉਹ ਕਹਿੰਦੇ ਜੀ ਮੈਂ ਕੇਸ ਨਹੀਂ ਸੁਣਦਾ। ਉਸ ਤੋਂ ਬਾਅਦ ਫਿਰ ਹਾਈਕੋਰਟ ਗਿਆ, HS ਬੇਦੀ ਸੀਗੇ ਚੀਫ ਜਸਟਿਸ, ਉਹਨਾਂ ਨੇ ਕਿਹਾ ਵੀ ਪੰਜਾਬ 'ਚੋਂ ਕੇਸ ਪਹਿਲਾਂ ਆਇਆ, ਚੰਡੀਗੜ੍ਹ 'ਚ ਇਹਨਾਂ ਨੇ ਸੁਣਿਆ ਨਹੀਂ, ਹੁਣ ਇਹਨੂੰ ਹਰਿਆਣੇ ਭੇਜ ਦੀਏ। ਇਹਨਾਂ ਨੇ ਆਪਣੀ ਸਹਿਜ ਸੰਮਤੀ ਨਾਲ ਕੁਰਕਸ਼ੇਤਰ ਭੇਜਤਾ। HP ਸਿੰਘ ਉੱਥੇ ਸ਼ਹਿ ਜੱਜ ਸੀਗੇ, ਉਹਨਾਂ ਦੇ ਸਾਰੀਆਂ ਅਗਵਾਈਆਂ ਹੋਈਆਂ, ਸਾਰਾ ਕੁਛ ਹੋਇਆ। 4 ਅਗਸਤ ਨੂੰ ਉੱਥੇ ਫੈਸਲਾ ਸੁਣਾਉਣਾ ਸੀ, ਇਹਨਾਂ ਨੇ ਦੇਖਿਆ 3 ਤਰੀਕ ਨੂੰ ਵੀ ਇਹ ਪਤਾ ਨਹੀਂ ਕੇਸ ਕਿੱਦਾਂ ਜਾ ਰਿਹਾ। ਇਹਨਾਂ ਨੇ ਰਾਤੋਂ ਰਾਤ ਹਾਈਕੋਰਟ 'ਚ ਰਿੱਟ ਪਾਈ,
ਰਿਟ ਪਾ ਕੇ ਜੋ ਕਿ ਉੱਥੇ ਨਿਰਮਲ ਯਾਦਵ ਇੰਸਪੈਕਟਿੰਗ ਜੱਜ ਸੀਗੀ, ਕੋਈ ਪ੍ਰੋਬਲਮ ਹਾਈ ਕੋਰਟ ਦੀ ਸੀਗੀ ਤਾਂ ਇੰਸਪੈਕਟਿੰਗ ਜੱਜ ਕੋਲ ਜਾਣੀ ਸੀ, ਇਹਨਾਂ ਨੇ ਚੱਕ ਕੇ ਰਜੀਵ ਭੱਲਾ ਨੂੰ ਮਾਰ ਕੀਤੀ। ਰਜੀਵ ਭੱਲਾ ਜੋ ਕਿ ਇੰਸਪੈਕਟਿੰਗ ਜੱਜ ਉਸ ਵੇਲੇ ਯਮੁਨਾਨਗਰ ਦੇ ਸੀ, ਉਹਨਾਂ ਨੇ ਆਪਣੇ ਕੋਲ ਇਹਨੂੰ ਕੇਸ ਨੂੰ ਭੇਜਤਾ ਜੀ। ਭੇਜ ਕੇ ਉਹਨੂੰ ਹਦਾਇਤ ਕੀਤੀ ਗਈ ਕਿ 10 ਦਿਨ ਦੇ ਅੰਦਰ ਅੰਦਰ ਇਹਦਾ ਫੈਸਲਾ ਕਰ ਦੇ। ਅਸੀਂ ਵਕੀਲ ਕੀਤਾ, ਰਿਕਾਰਡ ਗਿਆ ਉੱਥੇ ਲੈ ਕੇ, ਜਦੋਂ ਬਹਿਸ ਮੇਰੀ ਚੱਲ ਰਹੀ ਸੀ 2 ਘੰਟੇ ਬਾਅਦ ਜੱਜ ਸਾਹਿਬ ਕਹਿੰਦੇ ਵੀ ਹੁਣ ਬਹਿਸ ਕਲੋਜ਼। ਮੈਂ ਕਿਹਾ ਜੀ ਬਹਿਸ ਕਿਉਂ ਕਲੋਜ਼, ਇਹ ਤਾਂ ਸਾਡੀ ਬਹਿਸ ਰਹਿੰਦੀ ਹੈ ਸਾਰੀ, 8 ਮੁਲਜ਼ਮਾਂ ਸੀ, 7 ਬੰਦਿਆਂ ਦੀ ਹੋਰ ਬਹਿਸ ਪਈ ਹੈ। ਕਹਿੰਦੇ ਮੈਂ ਉਹਨਾਂ 7 ਨੂੰ ਬਰੀ ਕਰਦਾ, ਮੈਂ ਨਹੀਂ ਸੁਣਦਾ ਜਾ। ਮੈਂ ਕਿਹਾ ਇਹ ਤਾਂ ਫਿਰ ਧੱਕਾ, ਇਸ ਤੋਂ ਉੱਪਰ ਤਾਂ ਕੋਈ ਨਹੀਂ, ਤੁਸੀਂ ਬਹਿਸ ਸੁਣੋ, ਕਰਨਾ ਜੋ ਕਰ ਦਿਓ, ਉਹ ਮੈਨੂੰ ਵੀ ਪਤਾ ਕੋਈ ਐਡੀ ਪ੍ਰੋਬਲਮ ਜੋ ਮੇਰੇ ਨਾਲ ਹੋਣਾ, ਠੀਕ ਹੈ, ਪਰ ਸਾਡੀ ਬਹਿਸ ਤਾਂ ਸੁਣੋ, ਇਹ ਤਾਂ ਸਾਡਾ ਰਾਈਟ ਹੈ। ਕਹਿੰਦਾ ਮੈਂ ਨਹੀਂ ਸੁਣਦਾ 7 ਵਾਰੀ। ਮੈਂ ਕਿਹਾ ਜੇ 7 ਵਾਰੀ ਫਿਰ ਠੀਕ ਹੈ, ਜੇ ਤੁਸੀਂ ਬਦਮਾਸ਼ੀ ਧੱਕਾ ਹੀ ਕਰਨਾ ਠੀਕ ਹੈ। ਮੈਂ ਉੱਥੋਂ ਚਲਾ ਗਿਆ, ਕਿੱਥੇ ਚਲੇ ਗਿਆ? ਮੈਂ ਨਿਕਲਿਆ ਉੱਥੋਂ, ਆ ਗਿਆ, ਮੈਂ ਮਾੜਿਆ ਗਿਆ ਉੱਥੋਂ। ਫਰਾਰ ਹੋ ਗਏ? ਨਹੀਂ, ਫਰਾਰ ਤਾਂ ਨਹੀਂ, ਮੈਂ ਆਰਾਮ ਨਾਲ ਸਾਹਮਣੇ ਨਿਕਲ ਕੇ ਆਇਆ ਉੱਥੋਂ, ਫਰਾਰ ਹੋ ਗਏ। ਉੱਥੇ 2000 ਬੰਦਾ ਸੀ, ਮੈਨੂੰ ਫੜ ਲੈਂਦੇ ਜਿਹਨੇ ਫੜਨਾ ਸੀ। ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਤੁਸੀਂ ਐਬਸਕੌਂਡ ਕਰ ਗਏ? ਐਬਸਕੌਂਡ ਮੈਂ ਸਰੈਂਡਰ ਵੀ ਮੈਂ ਹੀ ਕੀਤਾ ਜਾ ਕੇ। ਸਰੈਂਡਰ ਫਿਰ ਕਦੋਂ ਕੀਤਾ? ਮੈਂ 6 ਦਿਨਾਂ ਬਾਅਦ ਜਾ ਕੇ ਖੁਦ ਉਸੇ ਕੋਰਟ ਦੇ ਵਿੱਚ ਆਪ ਸਰੈਂਡਰ ਕੀਤਾ। ਕਿਹਦੇ ਕਹਿਣ 'ਤੇ ਸਰੈਂਡਰ ਕੀਤਾ? ਚਲੋ, ਆਪਣੇ ਬੱਚੇ ਸਾਰਾ ਕੁਝ ਦੇਖ ਕੇ, ਆਪਣੇ ਘਰ ਦੀਆਂ ਜੋ ਮਜਬੂਰੀਆਂ ਸੀ, ਕਈ ਕੋਈ ਸੈਟਲ ਕਰਨ ਵਾਲਾ ਸੀ, ਸੈਟਲ ਕਰਕੇ ਸਾਰਾ ਕੁਝ ਜਦੋਂ ਸੈਟ ਹੋਇਆ, ਮੈਂ ਜਾ ਕੇ ਸਰੈਂਡਰ ਕਰਤਾ। ਮੈਨੂੰ ਕਿਸੇ ਨੇ ਫੜਿਆ ਥੋੜ੍ਹੀ ਹੈ, ਇਹਨਾਂ ਗੱਲਾਂ ਦੇ ਵਿੱਚ ਕੋਈ ਗੱਲ ਨਹੀਂ। ਸਭ ਤੋਂ ਪਹਿਲੀ ਵੱਡੀ ਗੱਲ ਹੈ, ਕੁਲਦੀਪ ਸਿੰਘ ਆਪਣੀ ਜ਼ਮੀਰ ਦੇ ਉੱਤੇ ਖੜ ਕੇ, ਆਪਣੀ ਜ਼ਮੀਰ ਆਪਣੇ ਬੱਚੇ ਦੇ ਸਿਰ 'ਤੇ ਹੱਥ ਰੱਖ ਕੇ ਕਹਿੰਦੇ ਪਿੰਕੀ ਨੇ ਗੋਲੀ ਮਾਰੀ, ਮੈਨੂੰ ਚੌਂਕ ਖੜਾ ਕੇ ਮਾਰ ਦਿਓ, ਮੈਨੂੰ ਕਿਸੇ 'ਤੇ ਗੁੱਸਾ ਹੀ ਨਹੀਂ। ਜਦੋਂ ਤੁਸੀਂ ਇਸ ਕੇਸ ਦੇ ਵਿੱਚ, ਤੁਹਾਨੂੰ ਉਮਰ ਕੈਦ ਮਿਲੀ, ਅਤੇ ਤੁਸੀਂ ਰੌਲਾ ਨਹੀਂ ਪਾਇਆ ਵੀ ਮੇਰੇ ਨਾਲ ਜ਼ਿਆਦਤੀ ਹੋਈ? ਨਹੀਂ, ਰੌਲਾ ਸੁਣਦਾ ਕੌਣ ਹੈ? ਮੈਨੂੰ ਇਹ ਤਾਂ ਦੱਸੋ ਨਾ, ਕੌਣ ਸੁਣਦਾ? ਉਹੀ ਜੋ ਮੈਂ ਦੱਸਣਾ ਚਾਹੁੰਦਾ, ਅਮਰੀਕ ਸਿੰਘ ਹੁਣ ਸੁਪਰੀਮ ਕੋਰਟ ਗਿਆ, ਉਹ ਕਹਿੰਦਾ ਮੇਰੇ ਨਾਲ ਸੈਸ਼ਨ ਜੱਜ ਦੇ ਧੱਕਾ ਹੋਇਆ, ਸੈਸ਼ਨ ਜੱਜ ਦੇ ਖਿਲਾਫ਼ ਮੈਂ ਅਪੀਲ ਕੀਤੀ ਹਾਈ ਕੋਰਟ 'ਚ, ਹਾਈ ਕੋਰਟ 'ਚ ਮੇਰੀ ਕਿਸੇ ਨੇ ਫਿਰ ਨਹੀਂ ਸੁਣੀ, ਅਤੇ ਹੁਣ ਮੈਂ ਸੁਪਰੀਮ ਕੋਰਟ ਆਇਆ। ਮਾਨ ਕਾਮਨੀ ਜੈਸਵਾਲ ਉਹਨਾਂ ਦੀ ਵਕੀਲ ਹੈ ਸੁਪਰੀਮ ਕੋਰਟ 'ਚ, 1007 ਪੇਜ ਦੀ ਉਹ ਜਿਹੜੀ ਉਹਨੇ SLB ਪਾਈ ਹੈ, ਉਹਦੀ ਕਾਪੀ ਮੇਰੇ ਕੋਲ ਹੈ ਵਿਦ ਐਫੀਡੇਵਿਟ। ਉਹਦੇ 'ਚ ਉਹਨੇ ਲਿਖਿਆ ਵੀ ਮੇਰੇ ਮੁੰਡੇ ਦੇ ਜਿਹੜੇ ਹੱਕੀ ਕਾਤਲ ਨੇ, ਉਹਦੇ 'ਚ ਪ੍ਰਵੀਨ ਕੁਮਾਰ ਪੀਨਾ ਅਤੇ ਬਿੱਟੂ, ਜਿਨ੍ਹਾਂ ਨੇ ਮੇਰਾ ਮੁੰਡਾ ਮਾਰਿਆ, ਉਹਨਾਂ ਨੂੰ ਕੋਈ ਸਜ਼ਾ ਨਹੀਂ ਮਿਲੀ, ਇਸ ਲਈ ਮੈਂ ਸੁਪਰੀਮ ਕੋਰਟ 'ਚ ਆਇਆ। ਸਾਨੂੰ 8 ਬੰਦਿਆਂ ਨੇ ਦੁਬਾਰਾ ਹੁਣ ਸੁਪਰੀਮ ਕੋਰਟ ਦਾ ਨੋਟਿਸ ਹੋਇਆ, ਉਹਦੇ ਵਿੱਚ ਮੈਂ ਫਿਰ ਉਹੀ ਜਵਾਬ ਦਿੱਤਾ ਜਿਹਦੀ ਕਿ ਹੁਣ 22 ਅਗਸਤ ਸੀਗੀ ਸੁਪਰੀਮ ਕੋਰਟ 'ਚ। ਮੈਂ ਕਿਹਾ ਇਹ ਜੋ ਕੁਛ ਕਹਿ ਰਿਹਾ ਬੰਦਾ, FIR ਵੀ ਇਹੀ ਗੱਲ ਕਹਿੰਦੀ ਹੈ, ਮੈਂ ਵੀ ਇਹੀ ਗੱਲ ਕਹਿਣਾ ਕਿ ਮੈਂ ਇਹ ਨਹੀਂ ਮਾਰਿਆ। ਅਮਰੀਕ ਸਿੰਘ ਕਹਿੰਦਾ ਵਾ ਵੀ ਮੇਰੇ ਬੇਟੇ ਨੂੰ ਗੁਰਮੀਤ ਸਿੰਘ ਨੇ ਮਾਰਿਆ। ਚਲੋ, ਇਹ ਤਾਂ ਹੁਣ ਸੁਪਰੀਮ ਕੋਰਟ ਜਿਹੜੀ ਉਹਦੀ ਰਿਟ ਹੈ 2012 'ਚ ਪਾਈ ਹੈ, ਮੈਂ ਤਾਂ ਨਹੀਂ ਪਾਈ ਉਹ। ਗੁਰਮੀਤ ਸਿੰਘ, ਤੁਸੀਂ ਇਸ ਕੇਸ ਦੇ ਵਿੱਚ ਉਮਰ ਕੈਦ ਹੀ ਭੁਗਤਾ ਹੈ ਜੇ, ਹੁਣ ਇਸ ਕੇਸ 'ਚ ਇਹਨੂੰ ਤੁਸੀਂ ਚਾਹੁੰਦੇ ਜੇ ਦੁਬਾਰਾ ਖੁੱਲ੍ਹੇ ਇਹ ਕੇਸ? ਦੇਖੋ ਜੀ, ਮੇਰੇ ਨਾਲ ਤਾਂ ਇਨਸਾਫ਼ ਨਹੀਂ ਹੋਇਆ। ਮੈਂ ਤਾਂ ਕਹਿੰਦਾ ਕੋਈ ਵੀ ਨਾ ਕੁਛ ਵੀ ਨਾ ਕਰੇ, ਕਿ 5 ਵਕੀਲਾਂ ਦੀ ਕਮੇਟੀ ਜੋ ਕੁਛ ਇਹ ਚਲਾਉਣ ਹੈਗਾ, ਚੱਕ ਕੇ ਉਹਨਾਂ ਦੇ ਅੱਗੇ ਰੱਖ ਦੇਣ, ਹਾਈ ਕੋਰਟ ਦਾ ਫੈਸਲਾ, ਸੁਪਰੀਮ ਕੋਰਟ ਦਾ ਫੈਸਲਾ। ਅਗਰ ਉਹਦੇ 'ਚ ਮੇਰੀ ਸਜ਼ਾ ਬਣਦੀ ਆ ਤਾਂ ਮੈਂ ਦੁਬਾਰਾ ਵੀ ਕੱਟਣ ਨੂੰ ਤਿਆਰ ਹਾਂ।